ਗੁਰਦਿਆਲ ਸਿੰਘ ਦਾ ਨੋਵਲ ਅਣਹੋਏ ਦਾ ਸਤਾਰਵਾਂ। ਬਿਸ਼ਨੇ ਅਤੇ ਭਗਤੇ ਨੇ ਅਗਲੇ ਸੋਮਵਾਰ ਰਿਹਾਅ ਹੋ ਕੇ ਆ ਜਾਣਾ ਸੀ। ਬਿਸ਼ਨੇ ਹੋਰਾਂ ਕੋਲੋਂ ਕਿਸੇ ਨਾਲ ਮੁਲਾਕਾਤ ਕਰਕੇ ਆਇਆ। ਬਾਹਰਲੇ ਕੋਠਿਆਂ ਦਾ ਕਿਸ਼ਨਾ ਜੱਟ ਅਜੇ ਦੱਸ ਕੇ ਗਿਆ ਸੀ। ਜਦੋਂ ਉਹਨੂੰ ਦਿਆਕੁਰ ਨੇ ਬਿਸ਼ਨੇ ਦੇ ਕਿਸੇ ਹੋਰ ਸੁੱਖ ਸੁਨੇਹ ਬਾਰੇ ਪੁੱਛਿਆ ਤਾਂ ਉਹਨੇ ਹੱਸ ਕੇ ਆਖਿਆ, ਸੁਨੇਹਾ ਸੁਨੇਹੇ ਬਥੇਰੇ ਦਿੱਤੇ ਆ, ਪਰ ਦੱਸੂ ਉਹ ਆਪੇ ਆ ਕੇ। ਵੱਡਾ ਸੁਨੇਹਾ ਹੁਣ ਇਹੋ ਸਮਝ ਲੈ ਵੀ ਉਹਨੇ ਆਖਿਆ ਸੀ, ਦਿਆਕੁਰ ਵੀ ਹੁਣ ਤਿਆਰ ਰਹੇ, ਇੱਥੇ ਜੇਲ੍ਹ 'ਚ ਜੀ ਬੜਾ ਲੱਗਦਾ, ਅਗਲੀ ਵਾਰੀ ਇਕੱਠੇ ਆਵਾਂਗੇ। ਦਿਆਕੁਰ ਅਤੇ ਕਿਸ਼ਨਾ ਇਕੱਠੇ ਉੱਚੀ ਦੇਣੇ ਹੱਸ ਪਏ, ਪਰ ਬੁੱਧੇ ਨੇ ਮੂੰਹ ਲਮਕਾ ਕੇ ਨੀਵੀਂ ਪਾ ਲਈ। ਕੁੱਡਾ ਕਮਲਾ ਬਾਈ ਵੀ, ਬੁੱਧੇ ਨੇ ਕਿਸ਼ਨੇ ਦੇ ਬਾਹਰ ਨਿਕਲਣ ਪਿੱਛੋਂ ਆਖਿਆ, ਐਂ ਨਹੀਂ ਕਹਿੰਦਾ ਵੀ ਸ਼ੁਕਰ ਹੈ ਘਰੇ ਮੁੜਾਂਗੇ, ਹੋਰ ਹੀ ਪੁੱਠੇ ਸੁਨੇਹੇ ਦਿੰਦਾ। ਪੁੱਠੇ? ਦਿਆਕੁਰ ਨੇ ਗੰਭੀਰ ਬੋਲ ਨਾਲ ਬੁੱਧੇ ਵੱਲ ਹੈਰਾਨੀ ਨਾਲ ਝਾਕਦਿਆਂ ਕਿਹਾ, ਹੋਰ ਸਿੱਧੇ ਕਿਹੋ ਜਿਹੇ ਹੁੰਦੇ ਆ ਵੇ ਝੂਆਂ? ਬੁੱਧਾ ਉਹਦੇ ਵੱਲ ਝਾਕ ਕੇ ਤਰਹਿ ਗਿਆ। ਉਹਨੇ ਮੁੜ ਨੀਵੀਂ ਪਾ ਲਈ ਅਤੇ ਤੇਸੇ ਦੀ ਨੁੱਕਰ ਨਾਲ ਕੋਲ ਪਏ ਅਤੇ ਭਿੱਜ ਕੇ ਚੀੜੇ ਹੋਏ ਕਿੱਕਰ ਦੇ ਡਾਹਣੇ ਦੀ ਬਿਲਕੁਲ ਚੇੜਨ ਲੱਗ ਪਿਆ। ਸੋਮਵਾਰ ਵਿੱਚ ਅਜੇ 5 ਦਿਨ ਪਏ ਸੀ। ਇਹਨਾਂ 5 ਦਿਨਾਂ 'ਚ ਦਿਆਕੁਰ ਘਰ ਨੂੰ ਇਉਂ ਸਵਾਰਦੀ ਰਹੀ ਜਿਵੇਂ ਸਾਹਾ ਧਰਿਆ ਹੋਵੇ। ਕੋਠੜੀ ਦੇ ਅੰਦਰ ਪੋਚਾ ਫੇਰ ਕੇ ਸਾਰਾ ਸਮਾਨ ਚਾੜ ਪੂੰਝ ਕੇ ਰੱਖਤਾ, ਕੱਪੜੇ ਲੀੜੇ ਸਭ ਧੋ ਲਏ, ਵਿਹੜੇ 'ਚ ਖਿਲਰੀਆਂ ਵਾਧੂ ਲੱਕੜਾਂ ਰੇਹੜੀਆਂ ਚਰਖਿਆਂ ਅਤੇ ਸੰਦੂਕਾਂ ਦੇ ਪੁਰਾਣੇ ਕਰੰਗੇ ਜਾਰ ਖਾਦੇ ਕਿੱਲ ਪੱਤਰੀਆਂ ਅਤੇ ਪੁਰਾਣੇ ਸੰਦੀ ਖੂੰਜੇ ਇਕੱਠੇ ਕਰਦੇ। ਇਹਦੇ ਨਾਲ ਵਿਹੜਾ ਖੁੱਲ੍ਹਾ ਖੁੱਲ੍ਹਾ ਅਤੇ ਸੋਹਣਾ ਵੀ ਲੱਗਣ ਲੱਗ ਪਿਆ। ਭਰਜਾਈ, ਆਹ ਕੀ ਗੱਲ, ਕਿਤੇ ਕਾਲੇ ਦਾ ਵਿਆਹ ਤਾਂ ਨਹੀਂ ਧਰ ਲਿਆ? ਬੂਟੇ ਨੇ ਉਹਨੂੰ ਆਹ ਲੱਗਿਆਂ ਵੇਖ ਕੇ ਪੁੱਛਿਆ। ਤੂੰ ਤਾਂ 12 ਮਹੀਨੇ 30 ਦਿਨ ਬਾਹਰ ਉੱਜੜਿਆ ਰਹਿੰਦਾ, ਤੇਰਾ ਘਰ ਸਾਂਭਣ ਨੂੰ ਮੰਦੇ ਦਾ ਕੋਈ ਬੰਨ ਸੁਭ ਤਾਂ ਕਰਨਾ ਹੀ ਪਊ ਨਾ। ਪਰਸੋਂ ਨੂੰ ਜੰਨ ਚੜ੍ਹਨੀ ਆ, ਕੱਲ੍ਹ ਨੂੰ ਤੇਰਾ ਬਾਈ ਵੀ ਆਜੂ। ਅੱਛਾ, ਲੰਮਿਆਰ ਕੇ ਬੋਲਦਿਆਂ ਅਤੇ ਖੁਸ਼ ਹੋ ਕੇ ਬੂਟੇ ਨੇ ਕਿਹਾ, ਮੈਨੂੰ ਨਹੀਂ ਸੀ ਪਤਾ ਵੀ ਇਹ ਗੱਲ ਆ। ਦਿਆਕੁਰ ਨੂੰ ਇਹ ਹੋਛਾ ਪਾਂਝਾ ਲੱਗਿਆ ਵੀ ਉਹਨੇ ਐਡੀ ਕਾਹਲ ਨਾਲ ਬੂਟੇ ਨੂੰ ਬਿਸ਼ਨੇ ਦੇ ਆਉਣ ਬਾਰੇ ਦੱਸਦਾ ਸੀ, ਪਰ ਫਿਰ ਉਹਨੂੰ ਜਾਪਿਆ ਵੀ ਇਹ ਖੁਸ਼ੀ ਨੂੰ ਕਿਵੇਂ ਵੀ ਲੁਕਾ ਨਹੀਂ ਸੀ ਸਕਦੀ। ਉਹਦੇ ਲਈ ਇਹ ਗੱਲ ਝੋਲੀ 'ਚ ਦੀਵਾ ਲੁਕਾਉਣ ਵਰਗੀ ਸੀ, ਅਣਹੋਣੀ ਜਿਹੀ। ਸੋਮਵਾਰ ਨੂੰ ਬਿਸ਼ਨੇ ਨੇ ਪਤਾ ਨਹੀਂ ਕਿਹੜੀ ਗੱਡੀ ਆ ਜਾਣਾ ਸੀ, ਇਸ ਕਰਕੇ ਦਿਆਕੁਰ ਨੇ ਦੁਪਹਿਰ ਤਾਈਂ ਆਉਂਦਿਆਂ ਦੋਏ ਗੱਡੀਆਂ ਅਤੇ ਬੁੱਧੇ ਨੂੰ ਭੇਜਿਆ। ਫਿਰ ਹੱਥ ਨਾਲੀ ਦੀ ਉਡੀਕ ਕਰਦੀ ਰੋਟੀ ਟੁੱਕਦੇ ਆਰ ਲੱਗ ਗਈ। ਦੁਪਹਿਰ ਮਗਰੋਂ ਬੱਦਲ ਹੋਣ ਕਰਕੇ ਉਹਨੇ ਪੂੜਿਆਂ ਲਈ ਗੁੜ ਘੋਲ ਕੇ ਰੱਖ ਛੱਡਿਆ ਸੀ, ਖੀਰ ਲਈ ਚੌਲ ਪਰਸੋਂ ਹੀ ਮੰਗਾ ਲਏ ਸੀ, ਤੜਕੇ 2 ਸਿਰ ਦੁੱਧ ਵੀ ਲੈ ਲਿਆ ਸੀ। ਤੀਜੀ ਗੱਡੀ ਦਿਨ ਦੇ ਛਪਾ ਨਾਲ ਆਉਂਦੀ ਸੀ, ਉਦੋਂ ਤਾਈਂ ਉਹਨੇ ਖੀਰ ਬਣਾ ਲਈ, ਪੂੜਿਆਂ ਦਾ ਆਟਾ ਘੋਲ ਕੇ ਗੱਡੀ ਉਡੀਕਣ ਲੱਗ ਪਈ। ਬੁੱਧੇ ਨੂੰ ਫੇਰ ਸਟੇਸ਼ਨ 'ਤੇ ਭੇਜਤਾ। ਇੱਕ ਵਾਰੀ ਤਾਂ ਬੂਹੇ ਦਾ ਖੜਾਕ ਸੁਣ ਕੇ ਵਿਹੜੇ 'ਚ ਆਈ, ਪਰ ਉੱਥੇ ਸੁੰਨਸਰਾਂ ਵੇਖ ਕੇ ਉਹਦਾ ਚਿੱਤ ਕਾਲਾ ਪੈਣ ਲੱਗ ਪਿਆ। ਬੂਟੇ ਦੇ ਛੱਪਰ ਹੇਠ ਉਹਦਾ ਗੋਰਾ ਬਲਦ ਭਿੱਜੀ ਤੂੜੀ ਦੀਆਂ ਘੁੰਡੀਆਂ ਚੱਬੀ ਜਾਂਦਾ ਸੀ। ਮੂੰਹ ਤਾਂ ਚੱਕ ਕੇ ਡਿੱਗਦੀਆਂ ਘੁੰਡੀਆਂ ਬੋਚਦਾ, ਉਹ ਕਦੇ ਕਦੇ ਉਹ ਸਿਰ ਹਿਲਾਉਂਦਾ ਜਿਵੇਂ ਮੂੰਹ 'ਚ ਸੂਲਾਂ ਚੁੱਭ ਰਹੀਆਂ ਹੋਣ। ਮੰਦਾ ਅਤੇ ਜੰਨ ਤੇ ਬਾਹਰ ਖੇਡਣ ਗਏ ਲੱਗਦੇ ਸੀ ਅਤੇ ਬੂਟਾ ਕੱਲ੍ਹ ਆ ਕੇ ਅੱਜ ਫੇਰ ਕਿਧਰੇ ਉੱਜੜ ਗਿਆ ਸੀ। ਦਿਆਕੁਰ ਨੇ ਬਿੰਦਕ ਬਲਦ ਵੱਲ ਵੇਖਿਆ ਅਤੇ ਫਿਰ ਅੰਦਰ ਜਾ ਕੇ ਦੁਪਹਿਰ ਦਾ ਗੁੰਨਿਆ ਵਾਧੂ ਬਚਿਆ ਆਟਾ ਲੈ ਆਈ। ਬਲਦ ਨੇ ਉਹਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਭੁੱਖੀਆਂ ਅੱਖਾਂ ਨਾਲ ਬਾਟੀ ਵੱਲ ਝਾਕਦਿਆਂ ਰਤਾ ਕੁ ਰੰਭਿਆ, ਫਿਰ ਟਿੱਕ ਕੇ ਖੜੋ ਗਿਆ। ਦਿਆਕੁਰ ਨੇ ਉਹਦੇ ਮੂੰਹ 'ਚ ਥੋੜ੍ਹਾ ਜਿਹਾ ਆਟਾ ਪਾਇਆ, ਉਹ ਇੱਕੋ ਬੁਰਕ ਨਾਲ ਨਿਕਲ ਕੇ ਹਾਬੜਿਆ ਹੋਇਆ ਬਾਟੀ ਨੂੰ ਫੇਰ ਰੋਲਿਆ। ਦਿਆਕੁਰ ਨੇ ਵੱਡਾ ਸਾਰਾ ਪੇੜਾ ਬਣਾ ਕੇ ਸਾਰਾ ਆਟਾ ਉਹਦੇ ਮੂੰਹ 'ਚ ਪਾ ਦਿੱਤਾ ਅਤੇ ਬਲਦ ਭਰਿਆ ਮੂੰਹ ਔਖਾ ਜਿਹਾ ਹੋ ਕੇ ਹਿਲਾਉਣ ਲੱਗਿਆ ਤਾਂ ਉਹਦੀਆਂ ਕਾਲੀਆਂ ਮੋਟੀਆਂ ਅੱਖਾਂ ਸਿੱਲੀਆਂ ਸਿੱਲੀਆਂ ਹੋ ਗਈਆਂ। ਦਿਆਕੁਰ ਨੂੰ ਪਤਾ ਨਹੀਂ ਕੀ ਹੋਣ ਲੱਗ ਪਿਆ ਸੀ, ਉਹ ਬੂਟੇ ਨੂੰ ਗਾਲਾਂ ਕੱਢਦੀ ਉੱਚੀ ਬੋਲਦੀ ਬਲਦ ਦਾ ਪਿੰਡਾ ਭਲੋਸਦੀ ਰਹੀ। ਉਹਦੀਆਂ ਬਾਹਰ ਨਿਕਲੀਆਂ ਪਸਲੀਆਂ ਅਤੇ ਅੰਦਰ ਧੱਸੇ ਲੱਕਿਆਂ 'ਤੇ ਹੱਥ ਫੇਰਦੀ ਬੜਾਉਂਦੀ ਰਹੀ, ਫਿਰ ਖਾਸਾ ਚਿਰ ਆਪਣਾ ਹੱਥ ਉਹਨੂੰ ਚਟਾਉਂਦੀ ਉੱਥੇ ਖੜੋਤੀ ਰਹੀ। ਆਹ ਲੈਣ ਦੇ ਉਹਨੂੰ ਟਿੰਡ ਸਿਰੇ ਨੂੰ ਅੱਜ। ਕੁਝ ਚਿਰ ਪਿੱਛੋਂ ਬਾਟੀ ਚੁੱਕ ਕੇ ਮੁੜਦਿਆਂ ਉਹ ਬਲਦ ਦੀਆਂ ਅੱਖਾਂ 'ਚ ਝਾਕ ਕੇ ਬੋਲੀ, ਉਹਦੇ ਜੁੰਡੇ ਪੱਟੂ ਬਣਾ ਕੇ ਲੱਗਦਾ ਕੁਛ ਲੀਡਰੀਆਂ ਦਾ। ਅਤੇ ਐਵੇਂ ਬੂਟੇ ਨੂੰ ਸਲਾਫਤਾਂ ਸੁਣਾਉਂਦੀ ਚੁੱਲ੍ਹੇ ਮੂਹਰੇ ਆ ਕੇ ਬਾਟੀ ਮਾਂਜਣ ਲੱਗ ਪਈ। ਬਾਟੀ ਮਾਂਜ ਕੇ ਦਿਆਕੁਰ ਹੋਰ ਕੁਝ ਚਿਰ ਚੁੱਲ੍ਹੇ ਕੋਲ ਬੈਠੀ ਭਾਂਡੇ ਇੱਧਰ ਉੱਧਰ ਕਰਦੀ ਰਹੀ, ਫਿਰ ਉਹਦਾ ਜੀ ਹੋਰ ਕਾਲਾ ਪੈਣ ਲੱਗ ਪਿਆ, ਉੱਠ ਕੇ ਫਿਰ ਵਿਹੜੇ 'ਚ ਆ ਗਈ। ਐਵੇਂ ਸੁੰਨੀ ਜੀ ਫਿਰਦੀ ਉਹ ਠੋਲੇ ਦੇ ਡਰਨੇ ਕੋਲ ਜਾ ਖੜੋਤੀ ਅਤੇ ਉਹਦੇ ਵੱਲ ਗੌਰ ਨਾਲ ਝਾਕਦੀ ਰਹੀ। ਲੈ ਤੂੰ ਤਾਂ ਯਾਦ ਹੀ ਨਹੀਂ ਰਿਹਾ ਸੇਠਾ, ਵਿਅੰਗ ਨਾਲ ਹੱਸ ਕੇ ਚੁੰਨੀ ਸੂਤ ਕਰਦਿਆਂ ਉਹਨੇ ਕਿਹਾ, ਤੇਰਾ ਤਾਂ ਕੁੜਤਾ ਹੀ ਲੀਰਾਂ ਹੋਇਆ ਪਿਆ। ਮੁਸਕਰਾਉਂਦੀ ਉਹ ਕੋਠੜੀ ਦੇ ਅੰਦਰ ਆਈ, ਬਿਸ਼ਨੇ ਦਾ ਇੱਕ ਹੋਰ ਪੁਰਾਣਾ ਧੋ ਕੇ ਰੱਖਿਆ ਕੁੜਤਾ ਕੱਢ ਕੇ ਲੈ ਗਈ। ਪਹਿਲਾਂ ਥੰਮੀ ਉੱਤੋਂ ਬੋਝ ਕੇ ਕੁੱਜਾ ਲਾਇਆ, ਮੀਂਹ ਨੇਰਿਆਂ ਨਾਲ ਲੀਰਾਂ ਬਣਿਆ ਕੁੜਤਾ ਲਾ ਕੇ ਧੋਤਾ ਹੋਇਆ ਪਾ ਤਾ। ਕੁੜਤੇ ਨੂੰ ਸੂਤ ਕਰਕੇ ਕੁੱਜਾ ਉਵੇਂ ਥੰਮੀ ਦੇ ਸਿਰੇ 'ਤੇ ਟਿਕਾ ਕੇ ਉਹਦੇ ਗਲ ਨੂੰ
ਬੰਨੀ ਸਣ ਠੀਕ ਕੀਤੀ, ਦੂਰ ਖੜੋ ਕੇ ਤਸੱਲੀ ਨਾਲ ਵੇਖਣ ਲੱਗ ਪਈ ਤਾਂ ਉਹਦੇ ਹੋਠਾਂ 'ਤੇ ਬੜੀ ਤ੍ਰਿਪਤ ਮੁਸਕਰਾਹਟ ਫੈਲ ਗਈ। ਹੁਣ ਤਾਂ ਹੋਈ ਨਾ ਗੱਲ, ਬੰਦਾ ਲੱਗਦਾ, ਉਹਨੇ ਉਵੇਂ ਮੁਸਕਰਾਉਂਦਿਆਂ ਕਿਹਾ ਅਤੇ ਹੌਲੀ ਹੌਲੀ ਕੋਠੜੀ ਵੱਲ ਮੁੜ ਆਈ। ਦਿਨ ਛਿਪ ਚੱਲਿਆ ਸੀ, ਦਿਆਕੁਰ ਨੂੰ ਗਲੀ 'ਚ ਰੌਲਾ ਜਿਹਾ ਪੈਂਦਾ ਸੁਣਿਆ। ਛੇਤੀ ਦੇਣੇ ਵੱਡੇ ਬੂਹੇ ਵੱਲ ਔਲੀ, ਪਰ ਨਾ ਵਿਹੜੇ 'ਚ ਅਤੇ ਨਾ ਹੀ ਬੂਹੇ ਕੋਲ ਕੁਛ ਦਿਸਿਆ। ਗਾਂਹ ਹੋ ਕੇ ਕਾਹਲ ਨਾਲ ਉਹਨੇ ਬੂਹਾ ਖੋਲਿਆ, ਬਾਹਰ ਗਲੀ ਦੇ ਮੋੜ ਵੱਲ ਝਾਕਣ ਲੱਗ ਪਏ। ਗਲੀ 'ਚ ਕੁਝ ਨਿਆਣੇ ਰੌਲਾ ਪਾਉਂਦੇ ਫਿਰਦੇ ਸੀ, ਉਹਨਾਂ 'ਚ ਮੰਦਾ, ਜਨਤੇ, ਭਗਤੇ ਦੇ ਦੋਵੇਂ ਮੁੰਡੇ ਵੀ ਸੀ। ਦਿਆਕੁਰ ਨੇ ਪਹਿਲੇ ਮੰਦੇ ਨੂੰ ਆਵਾਜ਼ ਮਾਰੀ, ਫਿਰ ਵਾਰੀ ਵਾਰੀ ਚੌਹਾਂ ਨੂੰ ਸੱਦ ਲਿਆ ਅਤੇ ਅੰਦਰ ਲੈ ਆਈ। ਆਓਵੇ ਜਵਾਕੋ, ਤੁਹਾਨੂੰ ਕੁਛ ਖੁਆਵਾਂ। ਭਗਤੇ ਦੇ ਦੋਹਾਂ ਮੁੰਡਿਆਂ ਨੂੰ ਦੋਹੀਂ ਪਾਸੇ ਲਾ ਕੇ ਸਿਰਾਂ ਉੱਤੇ ਹੱਥ ਫੇਰਦਿਆਂ ਦਿਆਕੁਰ ਨੇ ਆਖਿਆ ਅਤੇ ਉਹਨਾਂ ਨੂੰ ਛੱਪਰ ਹੇਠ ਲੈ ਆਈ। ਉਹ ਦੋਵੇਂ ਛੱਪਰੋਂ ਬਾਹਰ ਚੁੱਪ ਕਰਕੇ ਥੰਮੀ ਕੋਲ ਪੈਰਾਂ ਭਾਰ ਬਹਿ ਕੇ ਬਿੱਤਰ ਬਿੱਤਰ ਅੰਦਰ ਝਾਕਣ ਲੱਗ ਪਏ। ਤੁਸੀਂ ਵੀ ਗਾਹਾਂ ਆ ਕੇ ਬਹਿ ਜਾਓ ਵੇ ਮੰਜੇ 'ਤੇ। ਛੱਪਰ ਹੇਠ ਡਾਈ ਮੰਜੀ ਵੱਲ ਸੈਨਤ ਕਰਦਿਆਂ ਉਹਨੇ ਕਿਹਾ ਅਤੇ ਚੁੱਲ੍ਹੇ 'ਚ ਸੱਕ ਡਾਉਣ ਲੱਗ ਪਏ। ਆਤਾਈ ਛੱਜੇ ਆਚ 'ਤੇ ਧਲੀਆ, ਖੀਰ ਵਾਲੇ ਪਤੀਲੇ ਵੱਲ ਨਿਗਾਹ ਕਰਕੇ ਮਾਘੀ ਨੇ ਘੋਨਾ ਸਿਰ ਹਿਲਾਉਂਦਿਆਂ ਪੁੱਛੇ। ਦਿਆਕੁਰ ਨੇ ਮੁਸਕਰਾ ਕੇ ਉਹਦੇ ਵੱਲ ਵੇਖਿਆ। ਉਹ ਮੋਟੀਆਂ ਮੋਟੀਆਂ ਅੱਖਾਂ ਅੱਡੀ, ਬੋਰੀ ਉੱਤੇ ਪੰਥੀ ਮਾਰੀ, ਸ਼ਰਾਧ ਖਾਣ ਵਾਲੇ ਪੰਡਤਾਂ ਵਾਂਗੂ ਐਂ ਬੈਠਾ ਸੀ ਵੀ ਉਹਨੂੰ ਵੇਖ ਕੇ ਦਿਆਕੁਰ ਨੂੰ ਹਾਸੀ ਆ ਗਈ। ਇਹ ਸਾਰੀ ਤੇਰੇ ਆਸਤੇ ਧਰੀ ਹੈ, ਖਾ ਲੇਂਗਾ? ਆਹੋ ਆਹੋ, ਉਹਨੇ ਇਉਂ ਗਾਂਹ ਪਿਛਾਂ ਸਿਰ ਹਿਲਾ ਕੇ ਕਿਹਾ ਕਿ ਕਾਲਾ ਮੰਦਾ ਜਨਤੇ ਹੱਸ ਪਏ। ਦਿਆਕੁਰ ਦਾ ਦਿਲ ਹੁਣ ਜਿਵੇਂ ਟਿਕਾਣੇ ਆ ਗਿਆ ਲੱਗਦਾ ਸੀ। ਤਵਾ ਧਰ ਕੇ ਜਦੋਂ ਉਹਨੇ ਪੂੜਿਆਂ ਲਈ ਘੋਲਿਆ ਆਟਾ ਉਹਦੇ 'ਤੇ ਪਾਇਆ ਤਾਂ ਛੰਨ ਦੀ ਆਵਾਜ਼ ਸੁਣ ਕੇ ਮਾਘੀ ਅੱਖਾਂ ਮਟਕਾਉਂਦਾ ਗਿੱਧਾ ਪਾਉਣ ਲੱਗ ਪਿਆ ਅਤੇ ਆਪਣੇ ਹੀ ਰੌਂ 'ਚ ਹੋ ਹੋ ਕਰਕੇ ਹੱਸਿਆ। ਬਾਕੀ ਦੇ ਨਿਆਣੇ ਫਿਰ ਉਹਦੇ ਨਾਲ ਹੱਸ ਪਏ ਅਤੇ ਦਿਆਕੁਰ ਨੂੰ ਜਾਪਿਆ ਉਹਦੇ ਛੱਪਰ ਦੀ ਛੱਤ ਉੱਤੇ ਜਿਵੇਂ ਘੁੰਗਰੂਆਂ ਦਾ ਮੀਂਹ ਪੈਣ ਲੱਗ ਪਿਆ ਹੋਵੇ। ਉਹਨੇ ਤਾਂ ਛੱਪਰ ਵੱਲ ਨਿਗਾਹ ਮਾਰੀ, ਚੜ੍ਹਦੇ ਵਾਲੇ ਪਾਸਿਓਂ ਤਕੜੀ ਘੱਟ ਚੜ੍ਹੀ ਆਉਂਦੀ ਦਿਸੀ ਅਤੇ ਕਾਨਿਆਂ ਦੇ ਸੰਨ ਵਿੱਚੋਂ ਦੀ ਕੋਈ ਕਣੀ ਵੀ ਡਿੱਗਦੀ ਲੱਗੀ। ਕਾਲਿਆ ਪੁੱਤ, ਦੀਵਾ ਜਗਾ, ਆਹ ਫੜ ਡੱਬੀ, ਉਹ ਸਾਹਮਣੇ ਆਲੇ 'ਚ ਪਿਆ। ਦਿਆਕੁਰ ਨੇ ਹਨੇਰਾ ਵੱਧਦਾ ਵੇਖ ਕੇ ਆਖਿਆ। ਕਾਲਾ ਡੱਬੀ ਲੈ ਕੇ ਉੱਠ ਖੜੋਤਾ, ਮਗਰੇ ਮਾਘੀ ਤੁਰ ਪਿਆ। ਅੰਦਰ ਜਾ ਕੇ ਉਹ ਸੀਖ ਮਚਾਉਣ ਪਿੱਛੋਂ ਲੜਨ ਲੱਗ ਪਏ। ਬਿੰਦ ਕੁ ਪਿੱਛੋਂ ਜਦੋਂ ਮਾਘੀ ਨੇ ਡੱਬੀ ਖੋਹ ਕੇ ਸੀਖ ਘਸਾਈ ਤਾਂ ਮਸਾਲਾ ਉਹਦੀ ਉਂਗਲ ਨਾਲ ਚਿੰਬੜਨ ਕਰਕੇ ਉਂਗਲ ਨੂੰ ਸੇਕ ਲੱਗ ਗਿਆ। ਉਹ ਉਹੀ ਉਹੀ ਕਰਦਾ ਬਾਹਰ ਨੂੰ ਭੱਜਿਆ। ਬਾਹਰ ਆ ਕੇ ਉਹਨੇ ਉਂਗਲ ਮੂੰਹ 'ਚ ਪਾ ਲਈ ਅਤੇ ਚੁੱਲ੍ਹੇ ਮੂਹਰੇ ਖੜੋ ਕੇ ਦਿਆਕੁਰ ਵੱਲ ਝਾਕਦਿਆਂ ਊਂ ਕਰਦਿਆਂ ਬਾਂਦਰ ਵਾਂਗ ਟੱਪਣ ਲੱਗ ਪਿਆ। ਬਾਕੀ ਤਿੰਨੇ ਨਿਆਣੇ ਉਹਦਾ ਤਮਾਸ਼ਾ ਵੇਖ ਕੇ ਹੱਸ ਹੱਸ ਲੋਟ ਪੋਟ ਹੋਣ ਲੱਗ ਪਏ। ਪਰ ਦਿਆਕੁਰ ਨੇ ਛੇਤੀ ਦੇਣੇ ਫੜ ਕੇ ਉਹਦੀ ਉਂਗਲ ਵੇਖੀ ਤਾਂ ਜੁਆਰ ਦੇ ਦਾਣੇ 'ਚ ਜਿੰਨਾ ਚਟਾਕ ਪਿਆ ਹੋਇਆ ਸੀ। ਕੋਈ ਨਹੀਂ ਕੋਈ ਨਹੀਂ, ਬਸ ਹੁਣ ਰਾਮ ਆਜੂ ਕਹਿੰਦੀਆਂ ਉਹਨੇ ਦੋ ਤਿੰਨ ਫੂਕਾਂ ਉਹਦੀ ਉਂਗਲ ਦੇ ਫੁੱਲ 'ਤੇ ਮਾਰੀਆਂ ਅਤੇ ਹੰਝੂਆਂ ਨਾਲ ਭਰੀਆਂ ਮਾਘੀ ਦੀਆਂ ਅੱਖਾਂ ਚੁੰਨੀ ਨਾਲ ਪੂੰਝਣ ਲੱਗ ਪਈ। ਮਾਘੀ ਮਰਾਸੀ ਵਾਂਗ ਇੱਕ ਲੈ ਨਾਲ ਹੀ ਕਰਕੇ ਰੋਂਦਾ ਸੀ ਅਤੇ ਹੇਠਲਾ ਬੁੱਲ ਅਜੀਬ ਤਰ੍ਹਾਂ ਹਸਾਉਣੇ ਜਿਹੇ ਢੰਗ ਨਾਲ ਹੇਠਾਂ ਨੂੰ ਟਲਕਾਇਆ ਹੋਇਆ ਸੀ, ਜਿਹਨੂੰ ਵੇਖ ਵੇਖ ਤਿੰਨੇ ਨਿਆਣੇ ਹੋਰ ਵਧੇਰੇ ਹੱਸ ਰਹੇ ਸਨ। ਦਿਆਕੁਰ ਨੇ ਮੂੰਹ ਭਿੱਜੀ ਆਵਾਜ਼ 'ਚ ਮੂੰਹ ਪੋਲਾ ਜਿਹਾ ਕਰਦਿਆਂ ਅਤੇ ਮੁੱਠੀ 'ਚ ਉਂਗਲ ਘੁੱਟ ਕੇ ਫੂਕਾਂ ਮਾਰਦਿਆਂ ਉਹਨੂੰ ਫੇਰ ਬੁਰਾਇਆ। ਨੀ ਮਾਂ ਛੱਕਰੇ, ਮੈਂ ਮਰ ਜਾਂ, ਮੇਰੇ ਪੁੱਤ ਦੀ ਉਂਗਲ 'ਤੇ ਕੀ ਹੋ ਗਿਆ? ਬਚ ਬਚ, ਲੈ ਹੁਣੇ ਰਾਮ ਆਜੂ ਕਹਿੰਦਿਆਂ ਦਿਆਕੁਰ ਨੇ ਉਹਨੂੰ ਗੋਦੀ 'ਚ ਬਿਠਾ ਲਿਆ। ਹੋਰ ਲੈ ਪੰਗੇ, ਦੀਵਾ ਬਾਲ ਕੇ ਬਾਹਰ ਆਉਂਦਿਆਂ ਕਾਲੇ ਨੇ ਠੋਸਾ ਵਿਖਾ ਕੇ ਮਾਘੀ ਨੂੰ ਚੜਾਇਆ। ਮਾਘੀ ਗੋਦੀ 'ਚੋਂ ਖਿੱਦੋ ਵਾਂਗ ਬੁੜਕਿਆ ਅਤੇ ਕਾਲੇ ਨੂੰ ਪੈ ਗਿਆ। ਦਿਆਕੁਰ ਦੇ ਫੜਦਿਆਂ ਫੜਦਿਆਂ ਉਹਨੇ ਕਾਲੇ ਦੀਆਂ ਬਾਹਾਂ ਉੱਤੇ ਅਤੇ ਵੱਖੀ 'ਚ ਤਿੰਨ ਥਾਈਂ ਦੰਦੀਆਂ ਵੱਢੀਆਂ ਅਤੇ ਕਾਲਾ ਚੀਕਾਂ ਮਾਰ ਮਾਰ ਰੋਣ ਲੱਗ ਪਿਆ। ਦਿਆਕੁਰ ਨੇ ਉਹਨੂੰ ਮਸਾ ਮੋੜ ਕੇ ਗੋਦੀ 'ਚ ਬਿਠਾਇਆ। ਹਰਖ ਨਾਲ ਮਾਘੀ ਦੀਆਂ ਅੱਖਾਂ ਅਤੇ ਚਿਹਰਾ ਬਿਛਨੇ ਵਾਂਗ ਭਖਣ ਲੱਗ ਪਿਆ ਸੀ ਅਤੇ ਉਹ ਕਾਲੇ ਵੱਲ ਵੱਢ ਖਾਣਿਆਂ ਵਾਂਗ ਝਾਕਦਾ ਅਜੇ ਵੀ ਉਵੇਂ ਰਿਹਾ ਨਾਲ ਹੀ ਕਰੀ ਜਾਂਦਾ ਸੀ। ਉਦੋਂ ਇੱਕਦਮ ਮੀਂਹ ਦਾ ਛੜਾਕਾ ਆਇਆ ਅਤੇ ਕਾਨਿਆਂ ਵਿੱਚੋਂ ਦੀ ਫੁਹਾਰ ਤਵੇ 'ਤੇ ਪੈਣ ਲੱਗ ਪਈ। ਦਿਆਕੁਰ ਨੇ ਮਾਘੀ ਨੂੰ ਵਰਾ ਕੇ ਉਠਾਉਂਦਿਆਂ ਕਿਹਾ, ਲੈ ਮੇਰਾ ਸਿਉਣਾ ਪੁੱਤ, ਆਪਾਂ ਅੰਦਰ ਚੱਲੀਏ, ਮੀਂਹ ਆ ਗਿਆ। ਦੋਵੇਂ ਮੁੰਡੇ ਕੋਠੜੀ ਅੰਦਰ ਭੱਜ ਗਏ, ਪਰ ਜਨਤੇ ਅਤੇ ਮੰਦਾ ਅਜੇ ਉੱਥੇ ਹੀ ਬੈਠੇ ਸੀ। ਦਿਆਕੁਰ ਨੇ ਉਹਨਾਂ ਨੂੰ ਵੀ ਅੰਦਰ ਭੇਜਤਾ। ਫਿਰ ਚੌਂਕੇ 'ਚੋਂ ਸਾਰਾ ਸਮਾਨ ਚੁੱਕ ਕੇ ਅੰਦਰ ਢੋ ਲਿਆ। ਬਾਹਰਲੇ ਚੁੱਲ੍ਹੇ ਦੀ ਸਾਰੀ ਅੱਗ ਚੱਕਵੇਂ ਚੁੱਲ੍ਹੇ 'ਚ ਪਾ ਕੇ ਅੰਦਰ ਲੈ ਗਈ। ਤਵਾ ਫਿਰ ਚੜ੍ਹਾ ਲਿਆ, ਦੋ ਪਤਲੀਆਂ ਲੱਕੜਾਂ ਚੁੱਲ੍ਹੇ 'ਚ ਡਾਹਤੀਆਂ। ਹੁਣ ਦਿਆਕੁਰ ਨੂੰ ਹੋਰ ਸਭ ਗੱਲਾਂ ਜਿਵੇਂ ਭੁੱਲ ਗਈਆਂ। ਕਿੰਨੇ ਚਿਰ ਦਾ ਖਿਆਲ ਵੀ ਨਹੀਂ ਸੀ ਰਿਹਾ ਵੀ ਬਿਸ਼ਨੇ ਨੇ ਇਸ ਗੱਡੀ 'ਚ ਆਉਣਾ ਸੀ। ਬਸ ਇੱਕ ਰਸ ਜਿਹਾ ਸਿਰ ਤੋਂ ਪੈਰਾਂ ਤਾਂ ਹੀ ਰਸਿਆ ਲੱਗਦਾ ਸੀ, ਜਿਵੇਂ ਉਹਦਾ ਪਿੰਡਾ ਸ਼ਹਿਦ ਨਾਲੋਂ ਟੱਸਿਆ ਹੋਇਆ ਹੋਵੇ। ਫਿਰ ਵੀ ਪਤਾ ਨਹੀਂ, ਮੀਂਹ ਦੇ ਖੜਾਕ ਕਰਕੇ ਜਾਂ ਕਿਸੇ ਗੁੱਝੇ ਕਾਰਨ ਚਿੱਤ ਅਜੇ ਵੀ ਕਾਲਾ ਪੈ ਰਿਹਾ ਸੀ।
ਬੋਲੇ ਸੋ ਨਿਹਾਲ। ਮੀਂਹ ਦੇ ਛਣਕਾਰ 'ਚੋਂ ਗੱਜਵਾਂ ਜੈਕਾਰਾ ਅੰਦਰ ਸੁਣਿਆ। ਦਿਆ ਕੁਰ ਥਬੁੱਕਾ ਮਾਰ ਕੇ ਉੱਠਦਿਆਂ ਛੱਪਰ ਹੇਠ ਆ ਗਈ। ਜਦੋਂ ਜੈਕਾਰਾ ਉਹਨੇ ਫਿਰ ਸੁਣਿਆ, ਨਾਲ ਦੀ ਨਾਲ ਬਾਂਹ ਤਾਂ ਕਰਕੇ ਉੱਚੀ ਆਵਾਜ਼ ਨਾਲ ਬੋਲ ਨਾਲ ਰੜਾਇਆ, ਸੋ ਸ੍ਰੀ ਅਕਾਲ। ਫਿਰ ਉਹਨੇ ਅਤੇ ਬਿਸ਼ਨੇ ਨੇ 5 ਜੈਕਾਰੇ ਗਜਾਏ। ਉਹਨਾਂ ਚਿਰ ਬਿਸ਼ਨਾ ਬਾਹਰ ਮੀਂਹ 'ਚ ਹੀ ਖੜੋਤਾ ਰਿਹਾ ਅਤੇ ਦਿਆ ਕੁਰ ਚੌਂਦੇ ਛੱਪਰ ਹੇਠ। ਚਾਰੇ ਬੱਚੇ ਸਹਿਮੇ ਜਿਹੇ ਬੂਹੇ 'ਚ ਖੜੋਤੇ ਡੌਰ ਭਾਰ ਉਹਨਾਂ ਵੱਲ ਵੇਂਹਦੇ ਰਹੇ। ਬੋਲੇ ਬੱਲੇ, ਅੱਜ ਤਾਂ ਆਪਣੇ ਘਰ ਰੌਣਕਾਂ ਲੱਗੀਆਂ ਪਈਆਂ ਕਾਟਿਆਂ ਬਾਟਿਆਂ ਦੀਆਂ। ਬਿਸ਼ਨੇ ਨੇ ਅੰਦਰ ਲੱਗਦਿਆਂ ਕਿਹਾ ਅਤੇ ਵਾਰੀ ਵਾਰੀ ਕਾਲੇ ਅਤੇ ਮਾਘੀ ਦੇ ਸਿਰਾਂ ਉੱਤੇ ਹੱਥ ਫੇਰਦਿਆਂ ਕਿਹਾ, ਮੰਦੇ ਅਤੇ ਜੰਨਤੇ ਵੱਲ ਝਾਕ ਕੇ ਨੀਵਾਂ ਹੁੰਦਿਆਂ ਕੁਝ ਹੈਰਾਨੀ ਜਿਹੀ ਨਾਲ ਬੋਲਿਆ, ਅਤੇ ਆਹ ਕਿਹਦਾ ਕੁਛ ਹੈ, ਘੋਟੇ 'ਚ ਮਿਆਰ ਦੇ ਲਾਣੇ ਅਰਗਾ। ਬਿੰਦ ਕੋ ਉਹਨਾਂ ਵੱਲ ਝਾਕ ਕੇ ਹੱਸ ਪਿਆ ਅਤੇ ਮੰਦੇ 'ਤੇ ਇੱਦੇ ਰੁੰਡ ਮਰੁੰਡ ਸਿਰ 'ਚ ਠੋਲਾ ਮਾਰ ਕੇ ਕਿਹਾ, ਸਿਰ ਤਾਂ ਬੂਟੇ ਤੇਲੀ ਦੇ ਮੰਦੇ ਵਾਂਗ ਵੀ ਖੜਕਦਾ, ਊਂ ਹੈ ਪਤਾ ਨਹੀਂ ਕੀ, ਅਤੇ ਤੂੰ ਕਿਹਦੀ ਹੈ ਕੁੜੇ ਝਾਟੋ। ਜੰਨਤੇ ਮੂੰਹ 'ਚ ਉਂਗਲ ਲੈ ਕੇ ਹੱਸ ਪਈ। ਬਿਸ਼ਨੇ ਨੇ ਉਹਦਾ ਸਿਰ ਗੜਵੀ ਵਾਂਗ ਖੱਬੇ ਹੱਥ 'ਚ ਫੜ ਕੇ ਪਹਿਲਾਂ ਸੱਜੇ ਘੁਮਾਇਆ ਫਿਰ ਖੱਬੇ, ਹੱਸ ਕੇ ਉਹ ਕਰਦਿਆਂ ਪੋਲੀ ਜੀ 'ਚ ਪੇੜਿਓ ਸਿਰ 'ਚ ਮਾਰੀ ਜਿਵੇਂ ਸਾਰੇ ਜ਼ੋਰ ਨਾਲ ਮਾਰੀ ਹੋਵੇ। ਫਿਰ ਸਾਰੇ ਜਣੇ ਹੱਸਦੇ ਹੱਸਦੇ ਅੰਦਰ ਆ ਗਏ। ਅੱਜ ਤਾਂ ਦਿਆ ਕੁਰੇ ਬੜੇ ਧਿਆਣੇ ਧਿਆਣੀਆਂ ਸੱਦੇ ਆ ਜੱਗ ਕਰਨਾ, ਬਾਹਰ ਹੀ ਦਿੱਲੀ ਕੋਲ ਬਹਿੰਦਿਆਂ। ਬੁੱਧਾ ਵੀ ਹੱਸ ਕੇ ਬੋਲਿਆ। ਦਿਆ ਕੁਰ ਨੂੰ ਯਾਦ ਨਹੀਂ ਸੀ ਰਿਹਾ ਵੀ ਬੁੱਧੇ ਨੂੰ ਉਹਨੇ ਸਟੇਸ਼ਨ 'ਤੇ ਬਿਸ਼ਨੇ ਨੂੰ ਲੈਣ ਭੇਜਿਆ ਸੀ। ਉਹਦੀ ਆਵਾਜ਼ ਸੁਣ ਕੇ ਹੈਰਾਨੀ ਨਾਲ ਬਾਹਰ ਨੂੰ ਵੇਂਹਦਿਆਂ ਰਤਾ ਝਿੜਕੇ ਬੋਲੀ, ਵੀ ਤੂੰ ਇੱਥੇ ਜਲ ਧਾਰਾ ਕਰਨਾ, ਗਾਂਹ ਨਹੀਂ ਆਇਆ ਜਾਂਦਾ, ਚੱਲ ਲੋਟ ਆ ਇੱਥੇ ਹੀ ਹੌਲੀ ਦੇਣੀ। ਕਹਿੰਦਿਆਂ ਬੁੱਧਾ ਬੂਹਿਆਂ ਅੰਦਰ ਹੋ ਕੇ ਤਖਤੇ ਨਾਲ ਬਹਿੰਦਿਆਂ ਬੋਲਿਆ ਅਤੇ ਭਿੱਜੀ ਪੱਗ ਲਾ ਕੇ ਖਿਲਾਰਨ ਲੱਗ ਪਿਆ। ਬਿਸ਼ਨਾ ਵੀ ਭਿੱਜੇ ਕੱਪੜੇ ਲਾਉਣ ਲੱਗ ਪਿਆ ਸੀ। ਦਿਆ ਕੁਰ ਨੇ ਸੰਦੂਕ 'ਚੋਂ ਦੂਜੇ ਕੱਪੜੇ ਕੱਢਤੇ ਅਤੇ ਬਾਲਟੀ 'ਚ ਪਾਣੀ ਪਾ ਦਿੱਤਾ। ਮੂੰਹ ਹੱਥ ਧੋ ਕੇ ਬਿਸ਼ਨੇ ਨੇ ਕੱਪੜੇ ਬਦਲੇ। ਨਿਆਣਿਆਂ ਨਾਲ ਨਿੱਕੇ ਨਿੱਕੇ ਮਖੌਲ ਕਰਦਾ, ਉਹਨਾਂ ਨੂੰ ਹਸਾਉਂਦਾ ਅਤੇ ਆਪ ਹੱਸਦਾ ਚੁੱਲ੍ਹੇ ਮੂਹਰੇ ਆ ਬੈਠਾ। ਦਿਆ ਕੁਰ ਪੂੜੇ ਪਕਾਉਣ ਲੱਗ ਪਈ ਸੀ ਅਤੇ ਖੀਰ ਕੌਲਾਂ 'ਚ ਪਾ ਕੇ ਸਾਰੇ ਨਿਆਣਿਆਂ ਨੂੰ ਦੇ ਦਿੱਤੇ। ਉਹ ਰਲ ਮਿਲ ਕੇ ਖਾਂਦਿਆਂ ਉਂਝੀ ਗੱਲਾਂ ਕਰਦੇ ਰਹੇ, ਪਰ ਦਿਆ ਕੁਰ ਬਿਸ਼ਨੇ ਜਾਂ ਬੁੱਧੇ ਨੇ ਕੋਈ ਗੰਭੀਰ ਗੱਲ ਨਹੀਂ ਸੀ ਛੇੜੀ। ਜਦੋਂ ਰੱਜ ਰਜਾ ਕੇ ਸਾਰੇ ਉੱਠ ਖੜੋਤੇ ਤਾਂ ਬੁੱਧੇ ਨੂੰ ਦਿਆ ਕੁਰ ਨੇ ਆਖਿਆ, ਤੂੰ ਬੁੱਧਿਆ ਬੂਟੇ ਦੇ ਜਵਾਕਾਂ ਕੋਲ ਪੈ ਜਾ ਕੋਠੜੀ 'ਚ, ਉਹ ਤਾਂ ਪਤਾ ਨਹੀਂ ਆਪਦੀਆਂ ਲੀਡਰੀਆਂ 'ਚ ਕਿੱਧਰ ਉੱਜੜਿਆ ਅਤੇ ਅਜੇ ਕਿਸੇ ਦਿਨ ਉਹਨੂੰ ਮੁੜੂਗਾ। ਬਿਸ਼ਨਾ ਰੋਟੀ ਖਾਣ ਸਾਰ ਮੰਜੇ 'ਤੇ ਪੈ ਗਿਆ। ਦਿਆ ਕੁਰ ਬਿੰਦ ਝੱਟ ਹੋਰ ਭਾਂਡੇ ਸਾਂਭਦੀ ਰਹੀ। ਜਦੋਂ ਪਈ ਤਾਂ ਖਾਸਾ ਕੁਵੇਲਾ ਹੋ ਚੁੱਕਿਆ ਸੀ। ਦੀਵੇ ਦੇ ਚਾਨਣੇ ਉਹਨੇ ਗਹੁ ਨਾਲ ਬਿਸ਼ਨੇ ਦਾ ਚਿਹਰਾ ਵੇਖਿਆ। ਅੱਖਾਂ ਕੁਝ ਡੂੰਘੀਆਂ ਹੋ ਗਈਆਂ ਜਾਪਦੀਆਂ ਸੀ। ਮਾਤਾ ਦੇ ਦਾਗ ਕੁਝ ਵੱਡੇ ਹੋ ਗਏ ਦਿਸਦੇ ਸੀ, ਪਰ ਅੱਖਾਂ ਦੇ ਤਾ ਅਤੇ ਚਿਹਰੇ 'ਤੇ ਪਖਾ 'ਚ ਕੋਈ ਫਰਕ ਨਹੀਂ ਸੀ ਪਿਆ ਲੱਗਦਾ। ਉਹ ਚੁੱਪ ਕਰਕੇ ਛੱਤ ਵੱਲ ਝਾਕਦਿਆਂ ਦਾੜੀ 'ਤੇ ਹੱਥ ਫੇਰਦਾ ਹੌਲੀ ਹੌਲੀ ਸ਼ਬਦ ਗਾ ਰਿਹਾ ਸੀ, ਦਿਲ ਰੱਖੀਏ ਪਹਾੜਾਂ ਵਰਗੇ ਬਈ ਪਹਾੜਾਂ ਵਰਗੇ ਮਸਤੀ ਸ਼ੇਰਾਂ ਦੀ। ਦਿਆ ਕੁਰ ਕੁਝ ਚਿਰ ਉਹਦੇ ਚਿਹਰੇ ਵੱਲ ਝਾਕਦੀ ਰਹੀ ਅਤੇ ਫਿਰ ਸਿਰ ਹਿਲਾਉਣ ਲੱਗ ਪਈ। ਹੋਰ 2 ਕੁ ਪਲ ਮਗਰੋਂ ਜਦੋਂ ਉਹਨੇ ਪਹਿਲੀ ਕਲਕਾਰੀ ਮਾਰੀ ਤਾਂ ਬਿਸ਼ਨਾ ਭੌਂ ਕੇ ਉਹਦੇ ਵੱਲ ਝਾਕਣ ਲੱਗ ਪਿਆ। ਮੰਜੀ ਉੱਤੇ ਪੰਥੀ ਮਾਰੀ ਬੈਠੀ ਦਿਆ ਕੁਰ ਗੇੜੇ ਦਾ ਸਿਰ ਘੁਮਾਉਂਦੀ ਖੇਡਣ ਲੱਗ ਪਈ ਸੀ। ਬਿੰਦ ਕੋ ਉਹਦੇ ਵੱਲ ਝਾਕ ਕੇ ਬਿਸ਼ਨਾ ਇੱਕ ਵਾਰੀ ਮੁਸਕਰਾਇਆ, ਪਰ ਤੁਰੰਤ ਹੀ ਗੰਭੀਰ ਹੋ ਕੇ ਮੁੜ ਸ਼ਬਦ ਗਾਉਣ ਲੱਗ ਪਿਆ। ਆਇਆ ਬੈਠਾ ਤੇਰੀ ਧੀ ਦਾ ਖਸਮ, ਹੁਣ ਫਿਰ ਲਵਾ ਇਹਦੇ ਹੱਥ ਕੜੀਆਂ। ਓਏ ਇਹਦੇ ਹੱਥ ਕੜੀਆਂ ਲਵਾ ਕੇ ਤੂੰ ਕਿੱਥੇ ਜਾਵੇਂਗਾ ਕੁੱਤਿਆ? ਬਾਬੇ ਦਾ ਹੁਕਮ ਹੈ ਤੈਨੂੰ ਭੁੱਖੇ ਕੁੱਤਿਆਂ ਤੋਂ ਪੜਵਾਇਆ ਜਾਊ ਅਤੇ ਤੇਰੇ ਮਾਸ ਦੀਆਂ ਬੋਟੀਆਂ ਕਾਂ ਇਲਾਂ ਨੂੰ ਪਾਈਆਂ ਜਾਣਗੀਆਂ, ਤੇਰੇ ਹੱਡ ਟਿੱਬਿਆਂ 'ਤੇ ਰੋਲਣਗੇ ਚੰਮ। ਬਿਸ਼ਨਾ ਆਪਣੀ ਮਸਤੀ 'ਚ ਹੀ ਸ਼ਬਦ ਗਾਉਂਦਾ ਰਿਹਾ। ਦਿਆ ਕੁਰ ਦੀ ਖੇਡ ਅਤੇ ਕਲਕਾਰੀਆਂ ਵੱਲ ਜਿਵੇਂ ਉਹਦਾ ਕੋਈ ਧਿਆਨ ਨਹੀਂ ਸੀ। ਤੇਰਾ ਚੰਮ ਕਿਸੇ ਛੱਜ ਘਾੜੇ ਨੇ ਕਿਹੜਾ ਲੈਣਾ, ਪਾਪੀ ਦਾ ਚੰਮ ਹਮਰੀ ਸਰਕਾਰ ਸਰਕਾਰ, ਨਾਲੇ ਤੂੰ ਨਾਲੇ ਤੇਰੀ ਇਹ ਸਰਕਾਰ ਕਿਤੇ ਭਾਲੇ ਨਹੀਂ ਥੀ ਆਉਣੇ। ਜਦੋਂ ਬਾਬੇ ਨੇ ਕਲਾ ਵਿਖਾਈ ਉਦੋਂ ਤੱਕ ਅੱਖ ਪੱਟ ਕੇ ਝਾਕਿਆ ਨਹੀਂ ਜਾਣਾ। ਕਾਨੂੰਨ ਹਮਰਾ ਕਾਨੂੰਨ, ਇਹ ਕਾਨੂੰਨ ਤੇਰੇ ਅਰਗੇ ਲੁੱਚਿਆਂ ਲੰਡਿਆਂ ਨੇ ਬਣਾਇਆ ਨਾ, ਤੇਰੇ ਕਾਨੂੰਨਾਂ ਨੂੰ ਤੂੰ ਤਾਂ ਬੁਰਕੀਏ ਖਾ ਜੂੰ ਬੁਰਕੀਏ। ਆਹੋ ਹਿੱਕ ਉੱਤੇ ਹੱਥ ਮਾਰਦੀ, ਦੰਦੀਆਂ ਪੀਂਦੀ, ਬਾਹਾਂ ਉਲਾਰ ਉਲਾਰ ਛੰਡਦੀ ਦਿਆ ਕੁਰ ਮੁੜਕੋ ਮੁੜਕੇ ਹੋਣ ਲੱਗ ਪਈ। ਪਰ ਬਿਸ਼ਨਾ ਇਸੇ ਰੌਣ 'ਚ ਸ਼ਬਦ ਗਾਈ ਗਿਆ। ਕਦੇ ਕਦੇ ਉਹ ਧਿਆਨ ਨਾਲ ਦਿਆ ਕੁਰ ਦੇ ਭਖਦੇ ਚਿਹਰੇ ਵੱਲ ਝਾਕ ਲੈਂਦਾ ਅਤੇ ਫਿਰ ਸ਼ਬਦ ਗਾਉਣ ਲੱਗ ਪੈਂਦਾ। ਅੱਧੀ ਰਾਤ ਬੀਤ ਚੱਲੀ ਸੀ, ਦਿਆ ਕੁਰ ਅਜੇ ਵੀ ਖੇਡੀ ਜਾਂਦੀ ਸੀ। ਮੀਂਹ 2 ਵਾਰੀ ਰੁਕ ਰੁਕ ਪਿਆ ਸੀ, ਪਰ ਹੁਣ ਫੇਰ ਬੰਦ ਸੀ। ਹਵਾ ਬੰਦ ਹੋਣ ਕਰਕੇ ਅੰਦਰ ਖਾਸਾ ਗੁੰਮ ਹੋ ਗਿਆ ਸੀ। ਬਿਸ਼ਨੇ ਨੇ ਮੰਜਾ ਬਾਹਰ ਕੱਢ ਲਿਆ, ਪਰ ਥੋੜ੍ਹੇ ਚਿਰ ਮਗਰੋਂ ਫਿਰ ਕਣੀਆਂ ਆਉਣ ਕਰਕੇ ਉੱਠ ਖੜੋਤਾ। ਮੰਜਾ ਚੁੱਕਦਿਆਂ ਬਿਜਲੀ ਦੀ ਲਿਸ਼ਕ 'ਚੋਂ ਉਹਨੂੰ ਕੰਧ ਕੋਲ ਕਿਸੇ ਬੰਦੇ ਦਾ ਭੁਲੇਖਾ ਪਿਆ ਅਤੇ ਮੰਜਾ ਅੰਦਰ ਰੱਖ ਕੇ ਉਹ ਮੁੜ ਬਾਹਰ ਆ ਗਿਆ।
ਚੰਗੀ ਤਰ੍ਹਾਂ ਨਿਗਾਹ ਲਾ ਕੇ ਉਹਨੇ ਕੰਧ ਵੱਲ ਤੱਕਿਆ ਜਦੋਂ ਬਿਜਲੀ ਲਿਸ਼ਕੀ ਬੰਦੇ ਦਾ ਆਕਾਰ ਉਹਨੂੰ ਫੇਰ ਦਿਸਿਆ। ਦੋ ਲੰਮੀਆਂ ਪਲੰਘਾਂ ਪੱਟ ਕੇ ਉਹ ਗਾਂਹ ਵਧਿਆ ਪਰ ਸੰਘਣੇ ਹਨੇਰੇ 'ਚੋਂ ਆਕਾਰ ਉੱਥੇ ਖੜੋਤਾ ਦਿਸਿਆ। ਹੋਰ ਨੇੜੇ ਜਾ ਕੇ ਬਿਸ਼ਨਾ ਕੁਝ ਰੁਕਿਆ ਅਤੇ ਜਦੋਂ ਉਹਨੇ ਹੱਥ ਵਧਾਇਆ ਤਾਂ ਉਹ ਕਿਸੇ ਕਰੜੀ ਚੀਜ਼ ਨਾਲ ਜਾ ਵੱਜਿਆ। ਹੌਲੀ ਹੌਲੀ ਟੋਹ ਕੇ ਵੇਖਿਆ ਤਾਂ ਕੁੱਜਾ ਥੰਮੀ ਕੁੜਤਾ ਸਭ ਕਾਸੇ ਦਾ ਪਤਾ ਲੱਗ ਗਿਆ। ਮੁਸਕਰਾਉਂਦਿਆਂ ਅੰਦਰ ਨੂੰ ਤੁਰਿਆ ਆਇਆ ਅਤੇ ਕੋਠੜੀ ਦੇ ਬੂਹੇ ਕੋਲ ਆ ਕੇ ਮੂੰਹ 'ਚ ਹੀ ਹੱਸ ਪਿਆ। ਉਹਨੇ ਦਿਆਕੁਰ ਵੱਲ ਵੇਖਿਆ, ਉਹ ਖੇਡਣੋਂ ਹਟ ਕੇ ਸਾਧਾਂ ਵਾਂਗ ਸਮਾਧੀ ਲਾਈ ਬੈਠੀ ਸੀ। ਮੂੰਹ ਰਤਾ ਛੱਤ ਵੱਲ ਚੁੱਕ ਕੇ ਅੱਖਾਂ ਮੀਟੀਆਂ ਹੋਈਆਂ ਸਨ। ਚਿਹਰੇ ਉੱਤੇ ਖਿਲਰੇ ਵਾਲਾਂ ਨਾਲ ਮੂੰਹ ਚੰਗੀ ਤਰ੍ਹਾਂ ਨਹੀਂ ਸੀ ਦਿਸਦਾ ਅਤੇ ਪੰਥੀ ਮਾਰ ਕੇ ਗੋਡਿਆਂ ਉੱਤੇ ਹੱਥ ਰੱਖੇ ਹੋਏ ਸਨ। ਉਹ ਅੰਦਰ ਆ ਕੇ ਕੁਛ ਚਿਰ ਉਹਦੇ ਵੱਲ ਗੌਹ ਨਾਲ ਵਹਿੰਦਾ ਰਿਹਾ ਅਤੇ ਫਿਰ ਆਪਣੇ ਮੰਜੇ 'ਤੇ ਆ ਬੈਠਾ। ਬਿੰਦਕ ਪਿੱਛੋਂ ਉਹਨੂੰ ਕਾਸੇ ਦੇ ਡਿੱਗਣ ਦਾ ਖੜਕਾ ਸੁਣਿਆ ਅਤੇ ਜਦੋਂ ਭੌਂ ਕੇ ਵੇਖਿਆ ਤਾਂ ਦਿਆਕੁਰ ਦਾ ਸਿਰ ਸਿਰਾਣੇ ਦੇ ਸਿਰਵੇ ਤੋਂ ਪਛਾਣ ਲਮਕਿਆ ਹੋਇਆ ਸੀ। ਉਵੇਂ ਸਿੱਧਣ ਸਿੱਧੀ ਬੈਠੀ ਪਛਾਣ ਡਿੱਗ ਪਈ ਸੀ। ਉਹਨੇ ਛੇਤੀ ਦੇਣੇ ਉੱਠ ਕੇ ਉਹਨੂੰ ਸੂਤ ਕਰਕੇ ਪਾਉਂਦਿਆਂ ਦੋ ਤਿੰਨ ਵਾਜਾਂ ਮਾਰੀਆਂ ਪਰ ਦਿਆਕੁਰ ਨੂੰ ਕੋਈ ਸੁਰਤ ਨਹੀਂ ਸੀ। ਟੋਹ ਕੇ ਵੇਖਿਆ ਲੱਤਾਂ ਬਾਹਾਂ ਮੂਲੀਆਂ ਠਰੀਆਂ ਪਈਆਂ ਸਨ। ਉੱਤੇ ਖੇਸ ਦੇ ਕੇ ਬਿਸ਼ਨਾ ਬਿੰਦਕ ਖੜੋਤਾ ਦੀਵੇ ਦੇ ਚਾਨਣੇ ਉਹਦੇ ਪੀਲੇ ਮੂੰਹ ਵੱਲ ਵਹਿੰਦਾ ਰਿਹਾ। ਚਿਹਰੇ ਦਾ ਰੰਗ ਹਲਦੀ ਵਰਗਾ ਅਤੇ ਨੱਕ ਬੁੱਲ ਠੋਡੀ ਤਾਂ ਪਹਿਲਾਂ ਨਾਲੋਂ ਪਤਲੇ ਛਾਂਟਵੇਂ ਦਿਸਦੇ ਸੀ। ਪਲਕ ਪਿੱਛੋਂ ਛੇਤੀ ਦੇਣੇ ਦੀਵੇ ਵੱਲ ਔਲਿਆ, ਜ਼ੋਰ ਦੀ ਫੂਕ ਮਾਰ ਕੇ ਬੁਝਾਉਂਦਿਆਂ ਮੰਜੇ 'ਤੇ ਆ ਪਿਆ। ਅੰਗ 18 ਤਿੰਨ ਦਿਨ ਬਿਸ਼ਨਾ ਜੇਲ੍ਹ ਦੀਆਂ ਗੱਲਾਂ ਇਉਂ ਸੁਣਾਉਂਦਾ ਰਿਹਾ ਜਿਵੇਂ ਮੇਲੇ ਜਾ ਕੇ ਮੁੜਿਆ ਕੋਈ ਨਿਆਣਾ ਮੇਲੇ ਦੀਆਂ ਰੌਣਕਾਂ ਬਾਰੇ ਦੱਸ ਰਿਹਾ ਹੋਵੇ। ਉਹਨਾਂ ਦੇ ਨਾਲ ਦੇ ਇੱਕ ਕੈਦੀ ਦੀ ਜੇਲ੍ਹ ਦੇ ਵਿੱਚ ਸ਼ਰਾਬ ਦੀ ਭੱਠੀ ਲਾਉਣ ਵਾਲੀ ਗੱਲ ਉਹਨੇ ਕਈ ਵਾਰੀ ਸੁਣਾਈ, ਜਿਵੇਂ ਇਹਦੇ ਨਾਲ ਉਹਨੂੰ ਕੋਈ ਅਵੱਲਾ ਹੀ ਸਵਾਦ ਆਉਂਦਾ ਹੋਵੇ। ਇੱਕ ਤਾਂ ਬੁੱਧਿਆ ਉਸ ਜੱਟ ਦਾ ਸਰੀਰ ਹੀ ਦਿਓ ਵਰਗਾ ਸੀ, ਫਿਰ ਜਦੋਂ ਉਹਨੂੰ ਸਵਾਰ ਦਾ ਬੱਤਾ ਨਾਸੀ ਚੜ੍ਹਾ ਕੇ ਸੜਾਕਾ ਮਾਰਦਾ ਐਂ ਲੱਗਦਾ ਜਿਵੇਂ ਮੋਟਰ ਆਉਂਦੇ ਹੋਵੇ। ਬਿਸ਼ਨਾ ਹੱਸ ਕੇ ਆਖਦਾ ਪਰ ਫਿਰ ਗੰਭੀਰ ਹੋ ਕੇ ਦੱਸਦਾ, ਮੈਂ ਹੈਰਾਨ ਬਈ ਐਡੇ ਧੂਸ ਜੱਟ ਨੂੰ ਭੱਠੀ ਵਾਲੀ ਗੱਲ ਔੜੀ ਕਿੱਥੋਂ। ਉਹਦਾ ਚੰਮ ਸਾਹਣ ਵਰਗਾ ਮੋਟਾ ਸੀ, ਸਾਨੂੰ ਰੋਜ਼ ਤੜਕੇ ਕਿੱਕਰ ਦੀ ਦਾਤਣ ਅਤੇ ਆਥਣੇ ਛੋਲਿਆਂ ਨਾਲ ਖਾਣ ਨੂੰ ਅੱਧ ਭਾਗ ਗੁੜ ਮਿਲਦਾ ਹੁੰਦਾ। ਦਾਤਣਾਂ ਦੀ ਬਿਲਕ ਦੇ ਅਤੇ ਉਸੇ ਗੁੜ ਨਾਲ ਉਹਨੇ ਅੰਦਰੇ ਪਤਾ ਨਹੀਂ ਕਦੋਂ ਤੌੜਾ ਪਾ ਲਿਆ। ਰੱਬ ਜਾਣੇ ਕਿਵੇਂ ਸਹੁਰੇ ਨੇ ਭੱਠੀ ਵਾਸਤੇ ਬਾਲਣ ਅਤੇ ਹੋਰ ਸਮਾਨ ਇਕੱਠਾ ਕੀਤਾ। ਬਸ ਪਤਾ ਉਦੋਂ ਲੱਗਿਆ ਜਦੋਂ ਤਿੰਨ ਬੋਤਲਾਂ ਭਰ ਕੇ ਬਾਰਕ ਦੇ ਖੂੰਜਿਓਂ ਫਰਸ਼ ਦੀਆਂ ਇੱਟਾਂ ਪੱਟ ਕੇ ਉਹਦੇ 'ਚ ਦੱਬੀਆਂ, ਮੁੜ ਕੇ ਇੱਟਾਂ ਸੂਤ ਨਾਲ ਜੜੀਆਂ ਗਈਆਂ ਅਤੇ ਪਤਾ ਲੱਗ ਗਿਆ ਦੋ ਦਿਨ ਤਾਂ ਉਹ ਕੋਟੀ ਖਾਈ ਗਿਆ। ਸਹੁਰੇ ਨੇ ਸੀ ਨਹੀਂ ਕੀਤੀ। ਜਦੋਂ ਪੁਲਿਸ ਵਾਲੇ ਐਨ ਨਿਹਾਤ ਹੋ ਗਏ ਫਿਰ ਆਪੇ ਹੱਸ ਕੇ ਕਹਿੰਦਾ, ਬਸ ਤੁਹਾਡਾ ਜ਼ੋਰ ਹੀ ਵੇਖਣਾ ਸੀ, ਦੋ ਤਾਂ ਪੀ ਲਈਆਂ, ਤਿੰਨ ਪਈਆਂ, ਲਓ ਤੁਸੀਂ ਕੀ ਗੁਣ ਜਾਣੋਗੇ, ਇਹ ਤੁਸੀਂ ਪੀ ਪੂ ਲਓ। ਅਤੇ ਅਸੀਂ ਸਾਰੇ 7-8 ਦਿਨ ਉਹਦੀ ਇਸੇ ਗੱਲ ਤੋਂ ਹੱਸ ਹੱਸ ਲਿਟਦੇ ਫਿਰੇ। ਐਡਾ ਕਰੜਾ ਅਤੇ ਦਲੇਰ ਜੱਟ ਹੱਦ ਹੋ ਗਈ, ਵਾਹ ਇਹ ਮੁੱਚਰਾ। ਅਸੀਂ ਬੁੱਧਿਆ ਉਹਦਾ ਨਾਂ ਮੁੱਚਰ ਧਰਿਆ ਸੀ ਮੁੱਚਰ, ਬੰਦਾ ਤਾਂ ਲੱਗਦਾ ਹੀ ਨਹੀਂ ਸੀ। ਬੁੱਧਾ ਬਿਸ਼ਨੇ ਦੀਆਂ ਗੱਲਾਂ ਸੁਣਦਾ ਸੁਣਦਾ ਕੀਲਿਆ ਜਾਂਦਾ ਅਤੇ ਉਹਨੂੰ ਹੱਥਲੇ ਕੰਮ ਦਾ ਖਿਆਲ ਵੀ ਭੁੱਲ ਜਾਂਦਾ। ਤਿੰਨਾਂ ਦਿਨਾਂ ਦਾ ਕੋਈ ਨਵਾਂ ਕੰਮ ਉਹਨਾਂ ਨੇ ਨਹੀਂ ਸੀ ਵਿੱਢਿਆ। ਜਾਂ ਬਿਸ਼ਨਾ ਗੱਲਾਂ ਸੁਣਾਉਂਦਾ ਰਹਿੰਦਾ ਜਾਂ ਉਂਝੀ ਕੋਈ ਨਿੱਕਾ ਮੋਟਾ ਕੰਮ ਕਰ ਛੱਡਦੇ। ਪਰ ਚੌਥੇ ਦਿਨ ਤੜਕੇ ਉੱਠਣ ਸਾਰ ਬਿਸ਼ਨੇ ਨੇ ਇੱਕ ਟਾਹਲੀ ਦਾ ਪੁਰਾਣਾ ਡਾਹਣਾ ਤੱਛਣਾ ਸ਼ੁਰੂ ਕਰਤਾ ਅਤੇ ਜਦ ਤਾਈਂ ਬੁੱਧਾ ਪਿੰਡੋਂ ਆਇਆ ਉਹਨੇ ਉਹ ਤੱਛ ਕੇ ਚੌਰਸ ਕਰ ਲਿਆ। ਫਰਨਾਈ ਬੁੱਧੇ ਨੇ ਪਰਸੋਂ ਚੌਥੇ ਦੀ ਤਿੱਖੀ ਕੀਤੀ ਹੋਈ ਸੀ। ਬਿਸ਼ਨੇ ਨੇ ਬੁੱਧੇ ਨੂੰ ਆਉਣ ਸਾਰ ਨਾਲ ਲਾ ਕੇ ਲੱਕੜ ਅੱਡੇ 'ਚ ਫਸਾਈ ਅਤੇ ਬਿਨਾਂ ਸੂਤ ਲਾਇਆ ਹੀ ਉਹਦੇ ਫਾੜੇ ਮਾਰਨ ਲੱਗ ਪਏ। ਇਹਦਾ ਕੀ ਬਣਾਉਣਾ ਬਾਈ, ਬੁੱਧੇ ਨੇ ਪੁੱਛਿਆ, ਪਰ ਬਿਸ਼ਨੇ ਦੇ ਮੂੰਹ 'ਤੇ ਡੂੰਘੀ ਗੰਭੀਰਤਾ ਵੇਖ ਕੇ ਚੁੱਪ ਕਰ ਗਿਆ। ਬਿਸ਼ਨੇ ਨੇ ਵੀ ਕੋਈ ਜਵਾਬ ਨਾ ਦਿੱਤਾ। ਆਥਣ ਤਾਂ ਇੱਕ ਦੋ ਵਾਰੀ ਬੁੱਧੇ ਨਾਲ ਉਹਨੇ ਕੰਮ ਦੀ ਗੱਲ ਬਿਨਾਂ ਕੋਈ ਵੀ ਵਾਧੂ ਗੱਲ ਨਾ ਕੀਤੀ। ਬੁੱਧੇ ਨੂੰ ਬਿਸ਼ਨੇ ਦੇ ਸੁਭਾਅ ਦਾ ਪੂਰਾ ਭੇਤ ਸੀ, ਇਸ ਲਈ ਉਹਨੇ ਵੀ ਸਾਰਾ ਦਿਨ ਚੁੱਪ ਵੱਟੀ ਰੱਖੀ। ਕਈ ਵਾਰ ਫਰਨਾਈ ਸਿੱਧੀ ਖਿੱਚਣ ਲਈ ਬਿਸ਼ਨੇ ਨੇ ਉਹਨੂੰ ਝਿੜਕਿਆ ਵੇ। ਆਥਣੇ ਜਦੋਂ ਬੁੱਧੇ ਉਹਦਾ ਰੋਟੀ ਖਾ ਕੇ ਪਿੰਡ ਨੂੰ ਤੁਰ ਗਿਆ, ਬਿਸ਼ਨਾ ਅਜੇ ਵੀ ਉਸੇ ਰੌਣ 'ਚ ਸੀ। ਦਿਆਕੁਰ ਨੇ ਰੋਟੀ ਪੁੱਛੀ ਪਰ ਉਹਨੇ ਸਿਰ ਮਾਰਤਾ, ਚੁੱਪ ਕਰਕੇ ਵਿਹੜੇ 'ਚ ਮੰਜੀ ਡਾਹ ਕੇ ਪੈ ਗਿਆ। ਬੂਟੇ ਦੇ ਨਿਆਣੇ ਵਿਹੜੇ 'ਚ ਰੌਲਾ ਪਾ ਰਹੇ ਸੀ, ਉਹਨਾਂ ਨੂੰ ਵੀ ਬਿਸ਼ਨੇ ਨੇ ਝਿੜਕਤਾ। ਉਹਦੀ ਖਰਵੀ ਆਵਾਜ਼ ਸੁਣ ਕੇ ਮੰਦਾ ਅਤੇ ਜਨਤੇ ਨੇ ਬਾਹਰ ਖੜੋ ਕੇ ਇੱਕ ਵਾਰ ਭਵੱਤਰ ਕੇ ਵੇਖਿਆ, ਪਰ ਦਿਆਕੁਰ ਨੇ ਓਲਾ ਕਰਕੇ ਉਹਨਾਂ ਨੂੰ ਹੱਥ ਮਾਰਿਆ ਅਤੇ ਉਹ ਗਲੀ ਵੱਲ ਭੱਜ ਗਏ। ਸੋਤੇ ਹੋਏ ਬਿਸ਼ਨਾ ਉੱਠ ਕੇ ਉਹ ਮੰਜੀ 'ਤੇ ਬਹਿ ਗਿਆ ਜਿਵੇਂ ਉਹਨੂੰ ਅੱਛ ਵੀ ਲੱਗੀ ਹੋਵੇ। ਬਿੰਦਕ ਹੋਰ ਉਵੇਂ ਬੈਠਾ ਰਿਹਾ, ਫਿਰ ਜੁੱਤੀ ਪਾ ਕੇ ਉੱਠ ਖੜੋਤਾ, ਚੁੱਪ ਕੀਤਾ, ਪਿੱਠ ਪਿੱਛੇ ਹੱਥ ਕਰੀ, ਨੀਵੀਂ ਪਾਈ ਬਾਹਰ ਨੂੰ ਤੁਰ ਗਿਆ। ਹੱਥੋਂ ਨਿਕਲਦਾ ਹੀ ਉਹ ਸਿੱਧਾ ਫਾਟਕ ਵੱਲ ਤੁਰਿਆ ਆਇਆ। ਖਾਸਾ ਕੁਵੇਲਾ ਭਾਵੇਂ ਹੋ ਗਿਆ ਸੀ ਪਰ ਫਾਟਕ ਅਜੇ ਖੁੱਲ੍ਹੇ ਸੀ। ਮੰਡੀਓਂ ਬਾਹਰ ਆ ਕੇ ਉਹ ਸਿੱਧਾ ਤੁਰਿਆ ਗਿਆ, ਛੱਪੜ ਕੋਲ ਅੱਪੜ ਕੇ ਖੜੋ ਗਿਆ।
ਆਸੇ ਪਾਸੇ ਭੌਂ ਕੇ ਝਾਕਦਿਆਂ ਫਿਰ ਪਿਛਾਂ ਮੁੜ ਪਿਆ। ਜਦੋਂ ਲੋਹੇ ਦੇ ਫਾਟਕ ਕੋਲ ਆਇਆ ਤਾਂ ਸਾਹਮਣੇ ਇੱਕ ਓਪਰਾ ਬੰਦਾ ਦਿਸਿਆ। ਫਾਟਕ ਦੇ ਉਰਲੇ ਪਾਸੇ ਹੱਥ 'ਚ ਲੰਮਾ ਬਰਛਾ ਫੜੀ ਜਿਵੇਂ ਆਕੜਿਆ ਖੜੋਤਾ ਹੋਵੇ। ਕਿਹੜਾ ਬੰਦੇ ਦਾ ਖਰਵਾ ਬੋਲ ਬਿਸ਼ਨੇ ਨੇ ਪਛਾਣ ਲਿਆ ਸੀ ਅਤੇ ਉਹ ਕਹਿਣਾ ਚਾਹੁੰਦਾ ਸੀ ਤੇਰੀ ਮਾਂ ਦਾ ਖਸਮ, ਪਰ ਚੁੱਪ ਕੀਤਾ ਗਾਂਹ ਤੁਰਿਆ ਆ। ਕਿਹੜਾ ਬਈ ਬੋਲਦਾ ਨਹੀਂ? ਬਿਸ਼ਨਾ, ਇਹ ਮੇਰੀ ਮਾਂ ਦਾ ਖਸਮ ਕਿ ਕੋਈ ਹੋਰ ਬਿਸ਼ਨਾ? ਬਰਛੇ ਵਾਲਾ ਬੰਦਾ ਹੱਸਿਆ ਅਤੇ ਭੀੜਿਆ ਫਾਟਕ ਖੋਲਦਿਆਂ ਬੋਲਿਆ, ਤੂੰ ਚਾਚਾ ਇਸ ਵੇਲੇ ਕਿੱਧਰੋਂ ਆ? ਬਸ ਐਵੇਂ ਇੰਨਾ ਕਹਿ ਕੇ ਬਿਸ਼ਨਾ ਫਾਟਕ ਲੰਘ ਆਇਆ। ਬਰਛੇ ਵਾਲੇ ਚੌਕੀਦਾਰ ਨੇ ਠਾਕਾ ਮਾਰ ਕੇ ਮਖੌਲ ਕੀਤਾ। ਬਿਸ਼ਨੇ ਨੂੰ ਕੋਈ ਪਤਾ ਨਾ ਲੱਗਿਆ। ਤੁਰਿਆ ਆਉਂਦਾ ਆਉਂਦਾ ਉਹ ਹੱਤੇ ਤੋਂ ਉਰਲੀ ਗਲੀ ਮੁੜ ਕੇ ਚਾਨ ਚੱਕ ਇਉਂ ਕਾਲੇ ਪੈਰੀਂ ਤੁਰਨ ਲੱਗ ਪਿਆ ਜਿਵੇਂ ਕਿਸੇ ਜ਼ਰੂਰੀ ਕੰਮ ਝੱਲਿਆ ਹੋਵੇ। ਲੰਮੀਆਂ ਪਲੰਘਾਂ ਭਰਦਾ ਦੋ ਤਿੰਨ ਗਲੀਆਂ ਮੁੜ ਕੇ ਚੁਰਸਤੇ 'ਚ ਆ ਕੇ ਖੜੋ ਗਿਆ। ਨਿਗਾਹ ਤਾਂ ਕਰਕੇ ਉਹਨੇ ਚਾਰੇ ਪਾਸੇ ਵੇਖਿਆ, ਸੁੰਨ ਸਰਾਂ ਸੀ। ਸਾਹਮਣੀਆਂ ਦੋ ਤਮੰਜਲੀਆਂ ਹਵੇਲੀਆਂ, ਪਿਛਲੇ ਪਾਸੇ ਚੰਦ ਦਾ ਚਾਨਣ ਹੋਣ ਕਰਕੇ ਵਧੇਰੇ ਕਾਲੀਆਂ ਅਤੇ ਡਰਾਉਣੀਆਂ ਜਿਹੀਆਂ ਜਾਪਦੀਆਂ ਸੀ। ਉਹਨਾਂ ਦੇ ਵੱਡੇ ਥੜਿਆਂ ਦੇ ਦੋਵੇਂ ਪਾਸੇ ਖੇਸਾਂ 'ਚ ਮੂੰਹ ਸਿਰ ਵਲੇਟੀ ਕਈ ਅੱਧੜ ਵੰਝੇ ਹਟਵਾਣੀਏ ਨਿਆਣੇ ਬਣਿਆਣੀਆਂ ਅਤੇ ਪੱਲੇਦਾਰ ਸੁੱਤੇ ਹੋਏ ਸਨ। ਹਵੇਲੀਆਂ ਦੇ ਚੁਬਾਰਿਆਂ ਦੇ ਛੱਜਿਆਂ ਦੀਆਂ ਟੀਨ ਦੀਆਂ ਛੱਤਾਂ ਇਉਂ ਲੱਗਦੀਆਂ ਸੀ ਜਿਵੇਂ ਥੜਿਆਂ ਦੇ ਪਾਸੇ ਡੱਠੇ ਮੰਜਿਆਂ ਉੱਤੇ ਹੁਣ ਡਿੱਗੀਆਂ ਕਿ ਬਿੰਦੇ ਡਿੱਗੀਆਂ। ਬਿਸ਼ਨੇ ਨੂੰ ਇਹ ਸਭ ਬੜਾ ਉਪਰਾ ਉਪਰਾ ਲੱਗਿਆ। ਉਹ ਪਤਾ ਨਹੀਂ ਕਿੰਨਾ ਚਿਰ ਉੱਥੇ ਖੜੋਤਾ ਰਿਹਾ, ਫਿਰ ਚਾਨ ਚੱਕ ਜਿਵੇਂ ਕੁਛ ਯਾਦ ਆ ਗਿਆ ਹੋਵੇ, ਖੱਬੇ ਪਾਸੇ ਭੌਂ ਕੇ ਪਹਿਲਾਂ ਵਾਂਗ ਹੀ ਕਾਲੀ ਤੋਰ ਤੁਰਨ ਲੱਗ ਪਿਆ। ਪਰ ਚਾਰ ਕੁ ਪਲਾਂਘਾਂ ਪੁੱਟ ਕੇ ਫਿਰ ਥਾਂ ਹੀ ਖੜੋ ਗਿਆ। ਇੱਟਾਂ 'ਚ ਜੋ ਨਾ ਚੂਨਾ ਲੱਗਿਆ ਹੈ ਲਹੂ ਹੈ ਲਹੂ। ਨਫ਼ਰਤ ਦੇ ਕੰਬਦੇ ਬੋਲ ਨਾਲ ਉਂਗਲ ਦੀ ਸਹਿਨਤ ਕਰਦਿਆਂ ਉਰਲੀ ਹਵੇਲੀ ਦੀ ਉੱਚੀ ਕੰਧ ਵੱਲ ਝਾਕ ਕੇ ਆਖਿਆ। ਉਹਨੂੰ ਚਿੱਤ ਚੇਤਾ ਵੀ ਨਹੀਂ ਸੀ ਵੀ ਇਹਨਾਂ 'ਚੋਂ ਇੱਕ ਹਵੇਲੀ ਠੋਲੇ ਸਿੰਘੜੇ ਦੀ ਸੀ। ਉਹ ਕੰਧਾਂ ਵੱਲ ਘੂਰਦਾ ਫਿਰ ਲੰਮੀ ਪਲਾਂਘੀ ਤੁਰ ਪਿਆ। ਗਲੀ ਦੇ ਸਿਰੇ ਉੱਤੇ ਖੂਹ ਵੱਲ ਵਾਲੇ ਚੌਂਕ ਧੋਰੇ ਇੱਕ ਕੋਠੜੀ 'ਚ ਬਿਸ਼ਨੇ ਨੂੰ ਚਾਨਣ ਦਿਸਿਆ ਖੜੋ ਗਿਆ। ਮੰਗਣੀ ਬਾਣੀਆਂ ਪੀਪੇ ਉੱਤੇ ਮਿੱਟੀ ਦਾ ਤੇਲ ਦਾ ਬਿਨਾਂ ਚਿਮਨੀ ਵਾਲਾ ਦੀਵਾ ਰੱਖੀ ਬਹੀ 'ਤੇ ਕੁਝ ਲਿਖੀ ਜਾਂਦਾ ਸੀ। ਬਿੰਦੇ ਝੱਟੇ ਉਹ ਪਹਿਲਾਂ ਮੂੰਹ ਅੱਗੇ ਪੱਖੇ ਵਾਂਗ ਆਪਣੇ ਖੱਬੇ ਹੱਥ ਨੂੰ ਹਿਲਾਉਂਦਾ, ਫਿਰ ਛੇਤੀ ਦੇ ਨੇ ਖੜ ਸੁੱਕ ਨੰਗੀ ਹਿੱਕ ਉੱਤੇ ਹੱਥ ਫੇਰਦਾ, ਕਦੇ ਗੰਜੀ ਟਿੰਡ ਉੱਤੇ ਪੋਲੀ ਜੀ ਚਪੇੜ ਮਾਰ ਕੇ ਪਟਾਕਾ ਪਾਉਂਦਾ। ਉਹਦੀ ਕੋਠੜੀ ਬੋਰੀਆਂ ਪੀਪਿਆਂ ਲੱਕੜ ਦੀਆਂ ਟੁੱਟੀਆਂ ਭੱਜੀਆਂ ਪੇਟੀਆਂ ਅਤੇ ਕਬਾੜਖਾਨੇ ਵਰਗੇ ਨਿੱਕ ਸੁੱਕ ਨਾਲ ਤੂੜੀ ਪਈ ਸੀ। ਇੱਕ ਖੁੰਜੇ ਮੰਜੀ ਟੇਢੀ ਕਰਕੇ ਕੰਧ ਉੱਤੇ ਉਤਲੇ ਪਾਵੇ ਉੱਤੇ ਦਰੀ ਵਲੇਟ ਕੇ ਰੱਖੀ ਸੀ। ਬਿੰਦ ਕੁ ਮਗਰੋਂ ਉੱਲਰ ਪੈਂਦੀ। ਮਗਨੀ ਛੇਤੀ ਦੇਣੇ ਖੱਬੇ ਹੱਥ ਨਾਲ ਉਹਨੂੰ ਕੰਧ ਨਾਲ ਲਾਉਂਦਾ ਅਤੇ ਫਿਰ ਪਹਿਲਾਂ ਵਾਂਗ ਘੁੱਬਾ ਹੋ ਕੇ ਬਹੀ 'ਤੇ ਲਿਖਣ ਲੱਗ ਪੈਂਦਾ। ਜਦੋਂ ਬਹੀ ਨੂੰ ਦੀਵੇ ਦੇ ਨੇੜੇ ਕਰਕੇ ਅੱਖਰ ਪੜ੍ਹਦਾ ਤਾਂ ਉਹਦਾ ਮੂੰਹ ਆਲੇ ਵਾਂਗ ਗੱਡਿਆ ਜਾਂਦਾ ਅਤੇ ਬਿਸ਼ਨੇ ਨੂੰ ਜਾਪਦਾ ਜਿਵੇਂ ਹੁਣੇ ਉਹਦੇ ਮੂੰਹ 'ਚ ਕੰਡੀਆਂ ਡਿੱਗਣ ਲੱਗ ਪੈਣਗੀਆਂ। ਇਹ ਤੇਰੀ ਮਾਂ ਦੀ, ਮਗਨੀ ਨੇ ਪਿੱਠ ਪਿੱਛੇ ਮੰਜੀ ਦੇ ਇੱਕ ਮੁੱਕਾ ਜਿਹਾ ਮਾਰਿਆ, ਖਿਜਵੀਂ ਅਤੇ ਰੋਣਹੱਕੀ ਆਵਾਜ਼ ਨਾਲ ਆਖਿਆ ਅਤੇ ਮੰਜੀ ਵਧੇਰੇ ਉੱਲਰਨ ਕਰਕੇ ਆਪਣੇ ਸਿਰ ਉੱਤੇ ਡਿੱਗੀ ਦਰੀ ਚੁੱਕ ਕੇ ਸਾਹਮਣੀਆਂ ਪੀਪੀਆਂ 'ਤੇ ਵਗਾ ਮਾਰੀ। ਹੋਰ ਬਿੰਦ ਕੁ ਮਗਰੋਂ ਫਿਰ ਬਹੀ ਉੱਤੇ ਉਵੇਂ ਪਿੱਠ ਦਾ ਪੂਰਾ ਘੁੱਬ ਕੱਢ ਕੇ ਲਿਖਣ ਲੱਗ ਪਿਆ। ਬਿਸ਼ਨੇ ਨੂੰ ਹਾਸੀ ਆ ਗਈ। ਉਹ ਫਿਰ ਜਦੋਂ ਫਿਰ ਨੀਵੀਂ ਪਾ ਕੇ ਤੁਰਿਆ, ਉਹਨੇ ਵੇਖਿਆ ਮਗਰੀ ਖੱਬੇ ਹੱਥ ਨਾਲ ਜ਼ੋਰ ਜ਼ੋਰ ਦੀ ਆਪਣੀ ਪਿੱਠ ਨਾਲ ਲੱਗੇ ਅਤੇ ਵੱਟੋ ਵੱਟ ਹੋਏ ਸੁੱਕੇ ਚੁਰੜਾਏ ਢਿੱਡ ਨੂੰ ਨੋਹਾਂ ਨਾਲ ਖੁਰਚੀ ਜਾਂਦਾ ਸੀ ਅਤੇ ਬਹੀ ਦੇ ਅੱਖਰਾਂ ਉੱਤੇ ਆਲੇ ਵਾਂਗ ਗੱਡੇ ਮੂੰਹ ਨਾਲ ਕੋਈ ਜਾਨਵਰ ਲੱਗਦਾ ਸੀ। ਉਹਦੇ ਢਿੱਡ ਉੱਤੇ ਝਰੀਟੀ ਦੇ ਨੋਹਾਂ ਦੀ ਆਵਾਜ਼ ਖਰਖਰੇ ਵਰਗੀ ਸੀ। ਇਹ ਵੀ ਆਖੋ ਮੈਂ ਬੰਦੇ ਦੀ ਜੂਨ ਪੈ ਕੇ ਆਇਆ ਸੀ? ਬਿਸ਼ਨੇ ਨੇ ਆਪਣੇ ਜਾਣੇ ਤਾਂ ਮੂੰਹ 'ਚ ਹੀ ਗੱਲ ਆਖੀ ਸੀ, ਪਰ ਉਹਦੀ ਆਵਾਜ਼ ਦੂਰ ਤੱਕ ਸੁਣ ਗਈ ਲੱਗਦੀ ਸੀ। ਤਦੇ ਸ਼ਾਇਦ ਮਗਰੀ ਮੂੰਹ ਅੱਡੀ ਉਤਾਂ ਸਿਰ ਚੁੱਕ ਕੇ ਬਾਹਰ ਝਾਕਿਆ ਅਤੇ ਚੌਂਤਰੇ ਉੱਤੇ ਫਿਰਦੇ ਭਾਂ ਖਾਧੇ ਕਤੂਰੇ ਨੂੰ ਗਾਲ ਕੱਢ ਕੇ ਸ਼ਿਸ਼ਕਾਰਦਿਆਂ ਫਿਰ ਉਵੇਂ ਬਹੀ ਕਤਾਣ ਲੱਗ ਪਿਆ ਸੀ। ਚੌਂਕ ਦੇ ਵਿਚਾਲੇ ਜਾ ਕੇ ਬਿਸ਼ਨੇ ਨੇ ਇੱਕ ਵਾਰ ਮੁੜ ਮਗਨੀ ਦੀ ਦੁਕਾਨ ਵੱਲ ਵੇਖਿਆ ਅਤੇ ਉਹਨੂੰ ਫਿਰ ਹਾਸੀ ਆ ਗਈ। ਐਤਕੀ ਉਹਨੂੰ ਮਗਨੀ ਦੀ ਦਿਆਕੁਰ ਕੋਲੋਂ ਸੋਢੇ ਦੇ ਪੈਸੇ ਮੰਗਣ ਵਾਲੀ ਕਈ ਵਰ੍ਹਿਆਂ ਦੀ ਵਿਸਰੀ ਗੱਲ ਚੇਤੇ ਆ ਗਈ ਸੀ। ਦਿਆਕੁਰ ਨੇ ਮਗਨੀ ਕੋਲੋਂ ਤਿੰਨ ਆਨਿਆਂ ਦਾ ਸੋਢਾ ਉਧਾਰ ਮੰਗਾਇਆ ਪਰ ਪੈਸੇ ਦੇਣੇ ਭੁੱਲ ਗਏ। ਮਹੀਨੇ ਕੁ ਮਗਰੋਂ ਇੱਕ ਦਿਨ ਮਗਨੀ ਦਿਆਕੁਰ ਕੋਲ ਭਖਿਆ ਭਖਾਇਆ ਆਇਆ ਅਤੇ ਬੋਲਿਆ, ਸਰਦਾਰਨੀ ਪੈਸੇ ਨਹੀਂ ਦੇਣੇ, ਸਾਡਾ ਮਾਲ ਹਰਾਮ ਦਾ ਆਇਆ। ਪਹਿਲਾਂ ਤਾਂ ਦਿਆਕੁਰ ਨੂੰ ਉਹਦੀ ਗੱਲ ਸਮਝ ਨਾ ਪਈ, ਫਿਰ ਜਦੋਂ ਉਹਨੂੰ ਸੋਢਾ ਯਾਦ ਆਇਆ ਤਾਂ ਹੱਸ ਕੇ ਮੁਖਾਲ ਚ ਆਖਣ ਲੱਗੀ, ਲੈ ਸ਼ਾਹਾ ਤੇਰੀ ਰਕਮ ਤਾਂ ਯਾਦ ਹੀ ਨਹੀਂ ਸੀ, ਅੱਜ ਆਥਣੇ ਲੈ ਜਾਈ, ਸਰਬਣ ਦਾ ਪਿਓ ਹੁਣ ਘਰੇ ਨਹੀਂ, ਮੇਰੇ ਕੋਲੋਂ ਟੁੱਟੇ ਪੈਸੇ ਹੈ ਨਹੀਂ। ਕਿਉਂ? ਮੈਂ ਤੇਰੇ ਪਿਓ ਦਾ ਗੋਲਾ ਲੱਗਿਆ ਗੇੜੇ ਮਾਰਨ ਨੂੰ, ਝੱਗ ਸੁੱਟਦੇ। ਮਗਰੀ ਨੇ ਕਿਹਾ, ਮੇਰੇ ਪੈਸੇ ਇੱਥੇ ਧਰਦੇ, ਨਹੀਂ ਤਾਂ ਕੀ ਹੋਏ ਕੁੱਤਿਆ ਕਰਿਆੜਾ।
ਕਿਤੇ ਕੁਦਰਤੀ ਉਦੋਂ ਹੀ ਬਾਹਰੋਂ ਬਿਸ਼ਨਾ ਆ ਗਿਆ ਅਤੇ ਮਗਨੀ ਨੂੰ ਇੰਝ ਆਕੜਦਾ ਵੇਖ ਕੇ ਬਾਹਰੋਂ ਹੀ ਹਰਕ ਕੇ ਪੈ ਗਿਆ। ਮਗਨੀ ਪਹਿਲਾਂ ਤਾਂ ਘਬਰਾਇਆ, ਫਿਰ ਆਨੇ ਕੱਢ ਕੇ ਜਦੋਂ ਉਹਨੇ ਪੈਸੇ ਆਖਿਆ ਤਾਂ ਉਹਦੇ ਅਗਲਾ ਸ਼ਬਦ ਬੋਲਣ ਤੋਂ ਪਹਿਲੇ ਬਿਸ਼ਨੇ ਨੇ ਲੱਕੋ ਫੜ ਕੇ ਤਿੰਨ ਲੱਤਾਂ ਵਾਲੀ ਟਿਕਟਿਕੀ ਉੱਤੇ ਮੂੰਹ ਪਰਨੇ ਸੁੱਟ ਲਿਆ। ਜਦੋਂ ਇੱਕ ਪਾਸੇ ਉਹਦੀ ਧੌਣ 'ਤੇ ਗੋਡਾ ਧਰ ਕੇ ਪਿੱਛੋਂ ਖੱਬੇ ਹੱਥ ਨਾਲ ਦੋਏ ਗਿੱਟੇ ਘੁੱਟ ਗਏ, ਉਹਦੀ ਖੁੱਲ੍ਹੀ ਧੋਤੀ ਕਰਕੇ ਨੰਗੇ ਪਿੱਛੇ ਉੱਤੇ ਛਿੱਤਰ ਮਾਰਿਆ ਤਾਂ ਮਗਨੀ ਉਹੀ ਪਿਓ ਮੇਰਿਆ ਕਹਿ ਕੇ ਮੱਛੀ ਵਾਂਗ ਤੜਫਿਆ। ਬਿਸ਼ਨੇ ਨੇ ਗਿੱਟੇ ਸੱਜੇ ਹੱਥ ਨਾਲ ਕੱਸ ਕੇ ਦੋ ਛਿੱਤਰ ਹੋਰ ਮਾਰੇ, ਪਰ ਚੌਥਾ ਮਾਰਨ ਲੱਗਿਆ ਉਹਦੀ ਹਾਸੀ ਐਡੇ ਜ਼ੋਰ ਦੀ ਨਿਕਲੀ ਕਿ ਮਗਨੀ ਦੇ ਗਿੱਟੇ ਉਹ ਤੋਂ ਛੁੱਟ ਗਏ। ਛੁੱਟਣ ਸਾਰ ਧੋਤੀ ਬੰਨਦਾ ਬੁੜਬੁੜ ਕਰਦਾ ਜਿਉਂ ਭੱਜਿਆ ਮੁੜ ਪਛਾਣ ਹੀ ਝਾਕਿਆ। ਬਿਸ਼ਨੇ ਅਤੇ ਦਿਆ ਘੁਰਦੀਆਂ ਉਦੋਂ ਹੱਸ ਹੱਸ ਵੱਖੀਆਂ ਹੀ ਟੁੱਟ ਗਈਆਂ। ਉਹ ਦਿਨ ਹੱਦ, ਫਿਰ ਮਗਨੀ ਕਦੇ ਬਿਸ਼ਨੇ ਕੀ ਗਲੀ ਨਹੀਂ ਸੀ ਲੰਘਿਆ। ਮੁਸਕਰਾਉਂਦਿਆਂ ਬਿਸ਼ਨੇ ਨੇ ਉਹ ਤਾਂ ਵੇਖਿਆ, ਉਹ ਮੰਡੀਓਂ ਬਾਹਰ ਬਾਹਰ ਆ ਗਿਆ ਸੀ। ਸਾਹਮਣੇ ਨਵੀਂ ਆਬਾਦੀ ਦੇ ਘਰ ਸਨ, ਸੱਜੇ ਪਾਸੇ ਸੁੰਨੀਆਂ ਥਾਵਾਂ ਪਈਆਂ ਸਨ ਅਤੇ ਉਦੋਂ ਗਾਂ ਰੂੰ ਵੇਲਣੀਆਂ ਦਾ ਕਾਰਖਾਨਾ ਸੀ, ਜਿਹਦੀ ਚਿਮਨੀ ਅੱਜ ਵੀ ਉਦੋਂ ਵਾਂਗ ਦੋ ਭਾਰੇ ਰੁੱਖਾਂ ਵਿਚਕਾਰ ਕਾਲਕਾ ਮਾਈ ਦੀ ਜੀਭ ਵਾਂਗ ਬਾਹਰ ਨਿਕਲੀ ਹੋਈ ਸੀ। ਪਰ ਚੰਦੋ ਤੋਂ ਬਹੁਤ ਉਤਾਂ ਸੀ। ਬਿੰਦ ਦਾ ਪਿੰਦ ਬਿਸ਼ਨੇ ਨੂੰ ਉਹ ਰਾਤ ਯਾਦ ਆਈ ਜਦੋਂ ਘਰ ਦੇ ਮਲਬੇ ਨੂੰ ਅੱਗ ਲਾ ਕੇ ਗਿਆ ਸੀ, ਪਰ ਦੂਜੇ ਪਲ ਵਿਸਰ ਗਈ। ਜਦੋਂ ਕਾਰਖਾਨਾ ਲੰਘ ਕੇ ਆਪਣੇ ਘਰ ਮੂਹਰੇ ਜਾ ਕੇ ਰੁਕਿਆ ਤਾਂ ਇੱਕਦਮ ਉਹਦੇ ਸਿਰ ਨੂੰ ਝਟਕਾ ਜਿਹਾ ਵੱਜਿਆ ਅਤੇ ਅੱਖਾਂ ਮੂਹਰੇ ਹਨੇਰਾ ਆ ਗਿਆ। ਅੱਖਾਂ ਮੀਚ ਕੇ ਚੁੱਪ ਖੜੋਤਿਆ ਉਹਨੇ ਜਦੋਂ ਸੱਜਾ ਪੈਰ ਤਾਂ ਚੁੱਕਿਆ ਤਾਂ ਲੱਤ ਸੁੰਨ ਹੋ ਗਈ ਲੱਗੀ। ਮੁੜ ਅੱਖਾਂ ਖੋਲ੍ਹ ਕੇ ਸਾਹਮਣੇ ਇੱਕ ਖਾਸਾ ਵੱਡਾ ਢੇਰ ਸੀ, ਜਿਸ ਵਿੱਚੋਂ ਕਿਤੇ ਕਿਤੇ ਕੱਚੀਆਂ ਇੱਟਾਂ ਦੇ ਬਚੇ ਰੋੜਿਆਂ ਦਾ ਝੋਲਾ ਪੈਂਦਾ ਸੀ। ਖੱਬੇ ਪਾਸੇ ਦੂਰ ਤਾਈਂ 35 ਕਰਮਾਂ ਲੰਮੀ ਕੰਧ ਦੀ ਥਾਂ ਇੱਕ ਗੋਡੇ ਗਿੱਟੇ ਉੱਚੀ ਭੜੀ ਬਣੀ ਹੋਈ ਸੀ ਅਤੇ ਉਹਦੇ ਨਾਲ ਲਗਵੇਂ ਕਲਰਾਂ ਵਿੱਚ ਕਿਤੇ ਕਿਤੇ ਖੜੋਤੇ ਪਾਣੀ 'ਚੋਂ ਚਾਂਦੀ ਵਾਂਗ ਚਾਨਣੀ ਦੀ ਲਿਸ਼ਕ ਮਾਰਦੀ ਸੀ। ਉਹ ਤਾਂ ਅਸਮਾਨ ਉੱਤੇ ਕਈ ਬਿਲਕੁਲ ਚਿੱਟੇ ਬੱਦਲ ਘੁੱਗੀਆਂ ਵਾਂਗ ਬੈਠੇ ਲੱਗਦੇ ਸੀ। ਦੁਮੇਲ ਦੇ ਖੂੰਜੇ ਬੜੇ ਸੰਘਣੇ ਖੇਤ ਦੇ ਉੱਚੇ ਭਾਰੇ ਕਾਲੇ ਰੁੱਖਾਂ ਦੀਆਂ ਪਾਲਾਂ 'ਤੇ ਝੁੰਡ ਸਨ। ਅਸਮਾਨ ਦਾ ਰੰਗ ਉੱਤੋਂ ਹੋਰ ਇਹਨਾਂ ਰੁੱਖਾਂ ਦੀਆਂ ਟੀਸੀਆਂ ਕੋਲ ਹੋਰ ਘਸਮੈਲਾ ਕਾਲਾ ਜਿਹਾ ਦਿਸਦਾ ਸੀ। ਬਿਸ਼ਨੇ ਨੂੰ ਇਹ ਸਭ ਕੁਝ ਵੇਖਣ ਮਗਰੋਂ ਇਉਂ ਲੱਗਿਆ ਜਿਵੇਂ ਉਸ ਕੁਦਰਤ ਦਾ ਇੱਕ ਕੁਮੇਲ ਵੇਖਿਆ ਹੋਵੇ। ਕਿਸੇ ਚੀਜ਼ ਦਾ ਆਪੋ ਵਿੱਚ ਕੋਈ ਸੁਮੇਲ ਨਹੀਂ ਸੀ। ਛੱਪੜ ਦੇ ਕਾਲੇ ਸੰਘਣੇ ਦੇ ਰੋੜਾਂ 'ਚ ਲਿਸ਼ਕਦੇ ਚਾਂਦੀ ਰੰਗੇ ਪਾਣੀ ਦਾ ਕੀ ਸੁਮੇਲ ਸੀ? ਪੱਧਰੀਆਂ ਰੋੜਾਂ ਕੋਲ ਇੰਝ ਉੱਚੇ ਨੀਵੇਂ ਟੋਏ ਵੱਟਾਂ 'ਚ ਕੀ ਜੋੜ ਸੀ? ਕਾਲੇ ਰੁੱਖਾਂ ਘੁੱਗੀਆਂ ਵਰਗੇ ਬੱਦਲਾਂ ਅਸਮਾਨ ਦੇ ਉੱਤੋਂ ਹੋਰ ਹੇਠੋਂ ਹੋਰ ਰੰਗਾਂ 'ਚ ਕੀ ਸਮਾਨਤਾ ਸੀ? ਤਮੰਜਲੀਆਂ ਹਵੇਲੀਆਂ ਅਤੇ ਮਗਨੀ ਦੀ ਕੋਠੜੀ 'ਚ ਕੀ ਭੇਤ ਸੀ? ਮਗਨੀ ਵਰਗੇ ਕੰਜੂਸ ਅਤੇ ਠੋਲੇ ਵਰਗੇ ਸੇਠ ਕਿਉਂ ਕਿਵੇਂ ਬਣੇ ਸਨ ਅਤੇ ਇਸ ਗੱਲ 'ਚ ਕਿੱਥੇ ਕੋਈ ਗੋਝ ਸੀ? ਬਿਸ਼ਨਾ ਹੁਣੇ ਗੱਲਾਂ ਪੁੱਛ ਸਕਦਾ ਸੀ ਪਰ ਬੁੱਝ ਨਹੀਂ ਸੀ ਸਕਦਾ। ਉਹਦੀਆਂ ਅੱਖਾਂ ਮੂਹਰੇ ਫਿਰ ਹਨੇਰਾ ਹੋਇਆ, ਗਾਂ ਹੋ ਕੇ ਮਿੱਟੀ ਦੇ ਵੱਡੇ ਢੇਰ 'ਤੇ ਬਹਿ ਗਿਆ। ਉਹਦਾ ਮੂੰਹ ਆਪ ਹੀ ਨਵੀਂ ਬਸਤੀ ਵੱਲ ਹੋ ਗਿਆ। ਸੁੰਨਾ ਸੁੰਨਾ ਝਾਕਦਿਆਂ ਸਾਹਮਣੇ ਨਿਗਾਹ ਮਾਰੀ, ਉਹ ਨਵੀਂ ਬਸਤੀ ਦੀ ਇੱਧਰ ਨੂੰ ਸਿੱਧੀ ਸੜਕ ਜਿਹੜੀ ਕਹਿੰਦੇ ਸਨ ਉਹਨਾਂ ਦੇ ਇਸ ਘਰ ਦੇ ਇੱਕ ਖੂੰਜਿਓਂ ਕੱਢਣੀ ਸੀ, ਜਿਸ ਲਈ ਸਰਕਾਰ ਨੇ ਜਬਰਨ ਘਰ 'ਤੇ ਕਬਜ਼ਾ ਕੀਤਾ ਸੀ, ਅਜੇ ਪੂਰੀ ਨਹੀਂ ਸੀ ਬਣੀ। ਦੋਹੀ ਪਾਸੇ ਪੱਥਰ ਖਿਲ ਰਹੇ ਸਨ ਅਤੇ ਸੁੱਕੀਆਂ ਚਿਣੀਆਂ ਇੱਟਾਂ ਕਈ ਥਾਵਾਂ 'ਤੇ ਤੋਂ ਉਖੜੀਆਂ ਹੋਈਆਂ ਸਨ ਜਿਵੇਂ ਕਿਸੇ ਨੇ ਜਾਣ ਬੁੱਝ ਕੇ ਪੁੱਟੀਆਂ ਹੋਣ। ਸੜਕ ਦੇ ਦੋਹੀ ਪਾਸੇ ਅੱਧ ਬਣੇ ਘਰ ਅਤੇ ਭਰੀਆਂ ਨਿਉਹਾਂ ਕਰਕੇ ਬਸਤੀ ਉੱਜੜੇ ਹੋਏ ਪਿੰਡ ਵਾਂਗ ਲੱਗਦੀ ਸੀ। ਵਿੱਚ ਵਿੱਚ ਛੱਤਾਂ ਤਾਈਂ ਗਏ ਅਣਲਿਪੀਆਂ ਮੜੀਆਂ ਵਰਗੇ ਪੱਕੇ ਕੋਠੇ ਸਨ। ਉੱਥੇ ਬੈਠਿਆਂ ਬਿਸ਼ਨੇ ਦਾ ਚਿੱਤ ਫਿਰ ਕਾਲਾ ਪੈਣ ਲੱਗ ਪਿਆ। ਉੱਠ ਕੇ ਕਾਰਖਾਨੇ ਦੀ ਪੱਕੀ ਕੰਧ ਦੇ ਨਾਲ ਨਾਲ ਤੁਰਦਾ ਟੋਇਆਂ ਕੋਲ ਜਾ ਖੜੋਤਾ। ਇਹਨਾਂ ਟੋਇਆਂ ਵਿੱਚੋਂ ਕਈ ਉਹਨੇ ਕੰਧਾਂ ਉਸਾਰਨ ਵੇਲੇ ਆਪਣੇ ਹੱਥੀਂ ਪੁੱਟੇ ਸਨ। ਇਹਨਾਂ ਦੀਆਂ ਸ਼ਕਲਾਂ 4 ਵਰ੍ਹਿਆਂ 'ਚ ਉਹਦੀਆਂ ਅੱਖਾਂ 'ਚ ਬੰਦਿਆਂ ਦੇ ਮੁਹਾਂਦਰਿਆਂ ਵਾਂਗ ਰਚ ਗਈਆਂ ਸਨ। ਉਹਨੂੰ ਆਪਣੇ ਚਿਹਰੇ ਦਾ ਦਾਗਾਂ ਵਾਲਾ ਇਹਨਾਂ ਸਭ ਦੀ ਪਛਾਣ ਸੀ, ਪਰ ਹੁਣ ਕਿਸੇ ਦੀ ਪਛਾਣ ਨਹੀਂ ਸੀ ਆ ਰਹੀ। ਕਈ ਵਧੇਰੇ ਚੌੜੇ ਅਤੇ ਡੂੰਘੇ ਹੋ ਗਏ ਸੀ, ਕਈ ਕੂੜੀ ਮਿੱਟੀ ਨਾਲ ਭਰ ਗਏ ਸੀ। ਬਿੰਦ ਕੁ ਪਿੱਛੋਂ ਖੜੋਤਿਆਂ ਬਿਸ਼ਨੇ ਨੂੰ ਆਪਣੀਆਂ ਲੱਤਾਂ ਦਾ ਸਾਹ ਸੱਤ ਮੁੱਕਦਾ ਜਾਪਿਆ ਅਤੇ ਨੀਵੀਂ ਪਾ ਕੇ ਪਛਾਣ ਮੁੜ ਪਿਆ। ਉਹਦੇ ਘਰ ਅੱਪੜਨ ਤੋਂ ਪਹਿਲਾਂ ਦਿਆਕੁਰ ਖੇਡ ਕੇ ਠੋਲੇ ਦੇ ਡਰਨੇ ਦੇ 5 ਛਿੱਤਰ ਮਾਰ ਕੇ ਸੌਂ ਗਈ ਸੀ। ਮੰਦਾ ਅਤੇ ਜੰਨ ਅਤੇ ਇੱਕ ਦੂਜੇ ਦੀ ਹਿੱਕ 'ਚ ਗੋਡੇ ਦੇ ਕੇ ਕੁੰਗੜੇ ਪਏ ਸਨ। ਸਿਰਫ ਵਿਹੜੇ ਦੇ ਇੱਕ ਖੂੰਜੇ ਪਈਆਂ ਵਾਧੂ ਲੱਕੜਾਂ ਦੇ ਢੇਰ 'ਚੋਂ
ਚਕੁੰਦਰ ਦੀ ਤਿੱਖੀ ਚਿਚਲਾਹਟ ਨਾਲ ਸੰਘਣੀ ਚੁੱਪ ਕਦੇ ਕਦੇ ਟੁੱਟਦੀ ਸੀ ਤੇ ਤਿੱਖੀ ਆਵਾਜ਼ ਬਹੁਤੀ ਉੱਪਰੀ ਲੱਗਦੀ ਸੀ। ਮੰਜੇ 'ਤੇ ਪਿਆ ਬਿਸ਼ਨਾ ਕਿੰਨਾ ਚਿਰ ਖਿੜੇ ਤਾਰਿਆਂ ਵੱਲ ਸੁੰਨਾ ਸੁੰਨਾ ਵਹਿੰਦਾ ਰਿਹਾ ਤੇ ਜਦੋਂ ਉਹਦੀਆਂ ਅੱਖਾਂ ਭਾਰੀਆਂ ਹੋ ਕੇ ਆਪੇ ਮਿਚਣ ਲੱਗ ਪਈਆਂ ਤਾਂ ਦੂਰੋਂ ਕਿੱਧਰੋਂ ਤੇਲੀ ਮਹੱਲੇ ਵੱਲੋਂ ਕੁੱਕੜ ਦੀ ਬਾਂਗ ਸੁਣੀ ਤਾਂ ਉਹਨੇ ਭੜਕ ਕੇ ਅੱਖਾਂ ਖੋਲਦਿਆਂ ਉੱਠ ਕੇ ਬਹਿ ਗਿਆ। ਬਿੰਦ ਕੁ ਡੋਰ ਭੋਰਾ ਆਸੇ ਪਾਸੇ ਝਾਕਦਾ ਰਿਹਾ ਤੇ ਫਿਰ ਗੋਡਿਆਂ 'ਚ ਸਿਰ ਦੇ ਕੇ ਉਂਦੀ ਪਾਈ ਉਵੇਂ ਬੈਠਾ ਬੈਠਾ ਟੇਢਾ ਹੋ ਗਿਆ। ਉੱਨੀ ਵਾਂਗ ਭਗਤਾ ਜਿੱਦਣ ਦਾ ਘਰ ਆਇਆ ਸੀ ਮੰਜਿਓ ਨਹੀਂ ਸੀ ਉੱਠਿਆ। ਪਹਿਲੇ 2 ਦਿਨ ਕਰਤਾਰੀ ਨੇ ਕੁਛ ਚੁੱਪ ਵੱਟੀ ਰੱਖੀ ਪਰ ਤੀਜੇ ਦਿਨ ਆਪਣੇ ਪੂਰੇ ਤਾਚ ਆ ਗਏ। ਭਗਤੇ ਦਾ ਉਹਨੂੰ ਕੋਈ ਖਿਆਲ ਨਾ ਰਿਹਾ। ਤੜਕੇ ਤੋਂ ਜਿਉਂ ਬਹਿ ਕੇ ਘਿਣਾ ਪਾਉਣ ਤੇ ਬਿਸ਼ਨੇ ਦੇ ਦਿਆਕੁਰ ਦੇ ਅਗਲੇ ਪਿਛਲੇ ਪੁਣਨ ਲੱਗਦੀ ਇਹੋ ਕੁਝ ਕਰਦੀ ਨੂੰ ਦਿਨ ਛਿਪ ਜਾਂਦਾ। ਭਗਤੇ ਦਾ ਖਿਆਲ ਰੱਖਣਾ ਇੱਕ ਪਾਸੇ, ਸਾਰਾ ਦਿਨ ਦੁਖੀ ਨੂੰ ਹੋਰ ਦੁਖੀ ਕਰੀ ਜਾਂਦੇ। ਭਗਤਾ ਜਿਵੇਂ ਅੱਧ ਮਰਿਆ ਹੋ ਚੱਲਿਆ ਸੀ ਤੇ 4th ਦਿਨ ਕਰਤਾਰੀ ਨੇ ਦਿਨ ਨਾ ਚੜ੍ਹਨ ਦਿੱਤਾ। ਭਗਤੇ ਦੇ ਸਿਰਹਾਣੇ ਆ ਖੜੋਤੀ, ਹੁਣ ਇਹ ਕੀੜਿਆਂ ਵਾਲੇ ਕੁੱਤੇ ਵਾਂਗੂ ਕਾਤਾਂ ਹੀ ਅੰਦਰ ਪਿਆ ਰਹੇਗਾ। ਇਹਨਾਂ 3 ਤਗੜਿਆਂ ਨੂੰ ਖਾਣ ਨੂੰ ਕਿਤੇ ਤੇਰੀ ਪਿਲਸਣ ਆਊ। ਆਪਣਾ ਸਾਰਾ ਗੁੱਸਾ ਉਹ ਜਿਵੇਂ ਖਰਵੇ ਬੋਲ ਤੇ ਸ਼ਬਦਾਂ ਨਾਲ ਕੱਢਣਾ ਚਾਹੁੰਦੀ ਹੋਵੇ। ਆਹ ਵੇਖ, ਦੋਏ ਹੱਥ ਜੋੜਨ ਲੱਗਿਆਂ ਉੱਚਾ ਖੜਾਕ ਕਰਕੇ ਉਹ ਭਗਤੇ ਦੇ ਮੰਜੇ ਕੋਲ ਭੁੰਜੇ ਬਹਿੰਦਿਆਂ ਬੋਲੀ, ਜੇ ਤੂੰ ਮੇਰੇ ਨਾਲ ਐਂ ਕਰਨੀ ਹੈ ਤਾਂ ਆਹ ਬੱਧੇ ਤੇਰੇ ਮੂਹਰੇ ਹੱਥ, ਮੈਨੂੰ ਕਿਰਾਏ ਜੋਗੇ ਪੈਸੇ ਦੇ ਦੇ। ਮੈਂ ਅੱਜ ਹੀ ਗੱਡੀ ਚੜ੍ਹ ਕੇ ਪੇਕੇ ਚਲੀ ਜਾਂਦੀ ਰਹਿੰਦੀ ਹਾਂ। ਆਹ ਸਾਂਭ ਆਪਦੇ ਨਿਆਣੇ, ਚਾਹੇ ਇਹਨਾਂ ਨੂੰ ਕਿਤੋਂ ਖਾਣ ਨੂੰ ਲਿਆ ਕੇ ਦੇ, ਚਾਹੇ ਗਲ 'ਚ ਗੂਠਾ ਦੇ ਕੇ ਖੂਹ 'ਚ ਸਿੱਟ। ਇੱਕ ਵਾਰੀ ਉਹਨੇ ਭਗਤੇ ਦੇ ਪੀਲੇ ਪਏ ਚਿਹਰੇ ਦੀ ਮੁਰਦੇ ਹਾਣ ਅਤੇ ਉਹਦੀਆਂ ਪਿੰਜੂਆਂ ਵਰਗੀਆਂ ਅੱਖਾਂ ਵੱਲ ਘੂਰਿਆ, ਪਰ ਉਹਦਾ ਗੁੱਸਾ ਮੱਠਾ ਨਾ ਪਿਆ। ਉੱਚੀ ਹਰਖਵੀਂ ਆਵਾਜ਼ 'ਚ ਖੱਬੇ ਹੱਥ ਨਾਲ ਚੁੰਨੀ ਸੂਤ ਕਰਦਿਆਂ ਸੱਜੇ ਨਾਲ ਉਹਦੇ ਮੂੰਹ ਵੱਲ ਝਈਆਂ ਲੈ ਪੈਂਦੀਆਂ ਗੱਜੀ, ਜੇ ਕਿਸੇ ਕਰਮ ਦਾ ਹੁੰਦਾ ਤਾਂ ਹੁਣ ਚਾਂਦੀ ਦੀਆਂ ਕੰਧਾਂ ਕੱਢੀਆਂ ਹੁੰਦੀਆਂ। ਪਰ ਜਾਤੀ ਸਰੀਕ ਤੇਰੀ ਦਾੜੀ ਦਾ ਬਾਲ ਬਾਲ ਨਹੀਂ ਕਰਦੇ, ਉਦੋਂ ਤਾਂ ਹੀ ਤੈਨੂੰ ਸੁਰਤ ਆਉਣੀ ਕੀ ਆਖ। ਤੇਰੇ ਵਰਗੇ ਢੋਰ ਜਿਨ੍ਹਾਂ ਨੂੰ ਮਗਰ ਲਾਉਣ ਨੂੰ ਥਿਆਉਣ, ਉਹਨਾਂ ਨੂੰ ਹੋਰ ਕੀ ਚਾਹੀਦਾ। ਉੱਠ ਕੇ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਕਿਤੇ, ਪੀੜੋ ਪੀੜ ਹੋ ਕੇ ਭਗਤੇ ਨੇ ਇੰਨਾ ਹੀ ਆਖਿਆ। ਉਹਦੀ ਆਵਾਜ਼ ਘਗਿਆਈ ਹੋਈ ਸੀ, ਜਿਵੇਂ ਉਹ ਰੋ ਕੇ ਹਟਿਆ ਹੋਵੇ, ਪਰ ਹਰੇਕ ਸ਼ਬਦ ਉਹਨੇ ਸੰਭਲ ਸੰਭਲ ਕੇ ਬੋਲਿਆ। ਉੱਤੇ ਖੇਸ ਲਈ ਪਿਆ ਡੂੰਘੀਆਂ ਅੱਖਾਂ ਨਾਲ ਚੁੱਪ ਕੀਤਾ ਚੁਬਾਰੇ ਦੇ ਬਨੇਰੇ ਵੱਲ ਝਾਕਦਾ ਰਿਹਾ। ਅਜੇ ਤਾਈਂ ਉਹਦੇ ਚਿਹਰੇ ਉੱਤੇ ਕਰਤਾਰੀ ਨੂੰ ਕੋਈ ਉਤਰਾਅ ਚੜ੍ਹਾਅ ਨਹੀਂ ਸੀ ਦਿਸਿਆ। ਨਹੀਂ ਤਾਂ ਤੂੰ ਮੈਨੂੰ ਗੁੱਤਨੀਆਂ ਫੜ ਕੇ ਕਿਤੇ ਘਰੋਂ ਬਾਹਰ ਨਾ ਕੱਢ ਦੇ, ਭਗਤੇ ਦੀ ਗੱਲ ਟੁੱਕ ਕੇ ਅਜੇ ਨਹੋਰੇ ਤੇ ਨਫ਼ਰਤ ਨਾਲ ਕਰਤਾਰੀ ਨੇ ਆਖਿਆ ਕਿ ਭਗਤੇ ਨੂੰ ਹਿੱਕ 'ਚ ਲਾਟ ਵਾਂਗ ਕੁਝ ਮੱਚਦਾ ਲੱਗਿਆ। ਚੰਗਾ ਫਿਰ ਖੜੋ ਜਾ, ਕਹਿੰਦਿਆਂ ਝਈ ਲੈ ਕੇ ਗਾਲ ਕੱਢਦਿਆਂ ਉਹਨੇ ਮੰਜੇ ਕੋਲ ਪਿਆ ਕਿੱਕਰ ਦਾ ਗਿੱਲਾ ਨਿਉਂਡ ਚੁੱਕ ਕੇ ਕਰਤਾਰੀ ਦੇ ਸਿਰ ਵੱਲ ਵਗਾ ਮਾਰਿਆ। ਬੂ ਮਾਰਤੀ ਵੇ ਲੋਕੋ, ਡਰ ਨਾਲ ਉੱਚੀ ਚੀਕ ਮਾਰਦਿਆਂ ਦੋਏ ਹੱਥ ਮੂੰਹ ਅੱਗੇ ਕਰਦਿਆਂ ਪਿੱਠ ਭੁਆਉਂਦਿਆਂ ਕਰਤਾਰੀ ਚੁਫਾਲ ਭੁੰਜੇ ਜਾ ਅੱਡ ਗਈ। ਨਿਉਂ ਟੁੱਟਵਾਂ ਜਿਹਾ ਉਹਦੇ ਮੋਹਰਾਂ 'ਚ ਹੀ ਵੱਜਿਆ ਸੀ। ਜਦੋਂ ਭਗਤੇ ਨੇ ਦੰਦ ਪੀਹ ਕੇ ਫਿਰ ਗਾਲ ਕੱਢਦਿਆਂ ਇੱਕ ਭਾਰੇ ਟੰਬੇ ਨੂੰ ਹੱਥ ਪਾਇਆ ਤਾਂ ਡਰ ਨਾਲ ਪਾਟੀਆਂ ਅੱਖਾਂ ਨਾਲ ਕਰਤਾਰੀ ਨੇ ਉਹਦੇ ਵੱਲ ਵੇਖਿਆ ਤੇ ਸਾਰੇ ਤਾਣ ਨਾਲ ਉੱਠ ਕੇ ਦਰਵਾਜ਼ੇ ਵੱਲ ਭੱਜਦੀ ਨੇ ਫਿਰ ਬੂਹ ਕਰਕੇ ਕੂਕ ਮਾਰੀ। ਫਿਰ ਉਹ ਚੱਕੀ ਦੇ ਕੋਲ ਪਈ ਪੀੜ੍ਹੀ ਉੱਤੇ ਮੂਧੇ ਮੂੰਹ ਡਿੱਗ ਕੇ ਬੇਸੁੱਧ ਹੋ ਗਈ। ਭਗਤੇ ਦਾ ਚਲਾਇਆ ਟੰਬਾ ਥੰਮਲੇ ਨਾਲ ਵੱਜ ਕੇ ਉਰੇ ਹੀ ਡਿੱਗ ਪਿਆ ਸੀ। ਅੱਬੜਵਾਇਆ ਉੱਠਿਆ, ਮਾਘੀ ਚੀਕਾਂ ਮਾਰਦਾ ਦਰਵਾਜ਼ੇ ਵੱਲ ਭੱਜਿਆ ਤੇ ਕਾਲਾ ਹਾਏ ਹਾਏ ਬੇਬੇ ਕੂਕਦਾ ਕਰਤਾਰੀ ਕੋਲ ਆ ਕੇ ਧਾਈ ਰੋਣ ਲੱਗ ਪਿਆ। ਉਹਦੇ ਚਿਹਰੇ ਉੱਤੇ ਭੈ ਦੀ ਕਰੂਪਤਾ ਵੇਖ ਕੇ ਭਗਤੇ ਦੇ ਹੋਸ਼ ਪਰਤੇ, ਪਰ ਨਾਲ ਹੀ ਸਾਰਾ ਸਾਹ ਸੱਤ ਨਿਕਲ ਗਿਆ ਜਾਪਿਆ। ਕੰਬਦੀਆਂ ਟੰਗਾਂ ਨਾਲ ਉਹ ਛੱਪਰ ਹੇਠ ਪਈ ਇੱਕ ਬੋਰੀ ਉੱਤੇ ਬਹਿ ਗਿਆ ਤੇ ਕੰਧ ਨਾਲ ਪਿੱਠ ਲਾ ਕੇ ਗੋਡਿਆਂ ਵਿੱਚ ਸਿਰ ਦੇ ਕੇ ਨਿਡਾਲ ਹੋ ਗਿਆ। ਪਲਾਂ ਵਿੱਚ ਹੀ ਜਿਵੇਂ ਭੁਚਾਲ ਜਿਹਾ ਆ ਗਿਆ ਹੋਵੇ। ਆਂਢ ਗੁਆਂਢ ਦੀਆਂ ਸਹੁਰੀਆਂ ਤੀਵੀਆਂ ਮੁਖਿਆਲ ਵਾਂਗ ਭਗਤੇ ਦੇ ਦਰਵਾਜ਼ੇ 'ਚ ਇਕੱਠੀਆਂ ਹੋ ਗਈਆਂ। ਕਰਤਾਰੀ ਨੂੰ ਉਹਨਾਂ ਨੇ ਚੱਕ ਕੇ ਮੰਜੀ 'ਤੇ ਪਾਇਆ, ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ, ਹੱਥਾਂ ਪੈਰਾਂ ਦੀਆਂ ਤਲੀਆਂ ਝੱਸਣ ਲੱਗ ਪਈਆਂ। ਉਹਨਾਂ ਦੇ ਉੱਚੇ ਬੋਲ ਤੇ ਭੈ ਭੀਤ ਜਿਹੇ ਸ਼ਬਦ ਭਗਤੇ ਨੂੰ ਛੱਪਰ ਹੇਠ ਬੈਠਿਆਂ ਬੜੇ ਡਰਾਉਣੇ ਲੱਗਦੇ ਸੀ ਤੇ ਚਿੱਤ ਵਧੇਰੇ ਘਬਰਾਉਣ ਲੱਗ ਪਿਆ। ਇਹ ਤੂੰ ਕੀ ਕਮਲ ਮਾਰਿਆ ਭਗਤਿਆ? ਦਰਵਾਜ਼ੇ ਵੱਲੋਂ ਹੋ ਕੇ ਮੁੜਦਿਆਂ ਭਗਤੇ ਦੇ ਕੋਲ ਬਹਿ ਕੇ ਬੁੱਧੇ ਨੇ ਆਖਿਆ। ਬੁੱਧੇ ਦਾ ਬੋਲ ਸਿਆਣ ਕੇ ਇੱਕ ਵਾਰੀ ਉਹਨੇ ਸਿਰ ਤਾਂ ਚੱਕ ਕੇ ਉਹਦੇ ਵੱਲ ਵੇਖਿਆ, ਪਰ ਫਿਰ ਉਵੇਂ ਉਂਦੀ ਪਾ ਲਈ। ਭਗਤੇ ਦੀ ਨਿਗਾਹ 'ਚ ਏਡਾ ਉਪਰਾਪਣ ਵੇਖ ਕੇ ਬੁੱਧਾ ਵੀ ਘਬਰਾ ਗਿਆ। ਐਂ ਤਾਂ ਕੋਈ ਗੱਲ ਨਹੀਂ ਬਣਨੀ ਭਗਤਿਆ, ਬੜੇ ਠਰਮੇ ਤੇ ਗੰਭੀਰਤਾ ਨਾਲ ਨੀਵੀਂ ਪਾ ਕੇ ਧਰਤੀ ਖੁਰਲਦਿਆਂ ਬੁੱਧਾ ਬੋਲਿਆ। ਇਹਨਾਂ ਤੀਵੀਆਂ ਦੀ ਤਾਂ ਗੁੱਤ ਪਿੱਛੇ ਮੱਤ ਹੁੰਦੀ ਹੈ, ਜੇ ਇਹਨਾਂ ਦੇ ਮਗਰ ਬੰਦਾ ਲੱਗੇ ਤਾਂ ਆਥਣ ਨੂੰ ਝੁੱਗਾ ਚੌੜ ਕਰਾ ਬੈਠੇ। ਘਾਬਰਨ ਵਾਲੀ ਕਿਹੜੀ ਗੱਲ ਹੈ, ਜੇ ਤੂੰ ਆਖੇ ਤਾਂ ਮੈਂ ਫਿਰ ਤੇਰੇ ਨਾਲ ਕੰਮ ਕਰਨ ਆ ਲੱਗੂ। ਘਰ ਦੇ ਕਲੇਸ਼ ਤੋਂ ਡਰਦਾ ਤੇ ਆਪਾਂ ਕੰਮ ਕਰਨ ਨੂੰ ਬਾਹਰਲੀ ਛੜਕ 'ਤੇ ਕੋਈ ਥਾਂ ਕਿਰਾਏ 'ਤੇ
ਜਾ ਲਵਾਂਗੇ। ਤੂੰ ਸਿਆਣਾ, ਨਿੱਤ ਦਾ ਕਲੇਸ਼ ਬੰਦੇ ਨੂੰ ਲੈ ਪੈਂਦਾ, ਕਲੇਸ਼ ਨਾ ਹੈ ਕਾਲ ਦੇ। ਸਿਆਣੇ ਬਣੀਏ, ਕੁਛ ਸੋਚੀਏ। ਭਗਤੇ ਨੂੰ ਬੁੱਧੇ ਦੀਆਂ ਸਿੱਖਿਆ ਵਰਗੀਆਂ ਗੱਲਾਂ ਸੁਣ ਰਹੀਆਂ ਸਨ, ਪਰ ਇੰਝ ਹੀ ਜਿਵੇਂ ਦਰਵਾਜ਼ੇ 'ਚ ਪੈਂਦਾ ਬਣਿਆਣੀਆਂ ਦਾ ਰੌਲਾ। ਕਿਸੇ ਗੱਲ ਦੀ ਉਹਨੂੰ ਪੂਰੀ ਸਮਝ ਨਹੀਂ ਸੀ ਪਈ। ਅੰਦਰੋਂ ਮੁੜ ਮੁੜ ਗੁਬਾਰ ਜਿਹਾ ਉੱਠ ਕੇ ਸਿਰ ਨੂੰ ਚੜ੍ਹਦਾ ਸੀ। ਇਸੇ ਨਾਲ ਹੀ ਪਤਾ ਨਹੀਂ ਕਦੋਂ ਆਪੇ ਉਹਦੀਆਂ ਅੱਖਾਂ 'ਚੋਂ ਪਾਣੀ ਵਗਣ ਲੱਗ ਪਿਆ। ਜਦੋਂ ਝੱਗੇ ਦੀ ਬਾਂਹ ਨਾਲ ਉਹਨੇ ਅੱਖਾਂ ਪੁੰਨੀਆਂ ਤਾਂ ਬੁੱਧੇ ਦੀ ਆਵਾਜ਼ ਫੇਰ ਸੁਣੀ, ਹੈ ਕਮਲਾ ਸਾਈਂ, ਤੋਤਰੂ ਹੀ ਰਿਹਾ ਨਾ। ਬੁੱਧੇ ਨੇ ਉਹਦੇ ਬਚਪਨ ਦਾ ਝੇੜ ਪਾ ਕੇ ਧਰਿਆ ਨਾਂ ਲੈਂਦਿਆਂ ਬੜੀ ਬੇਪਰਵਾਹੀ ਨਾਲ ਕਿਹਾ, ਉਹ ਤੂੰ ਤਾਂ ਜਵਾਕਾਂ ਵਾਂਗੂ ਹੀਂਗਣ ਲੱਗ ਪਿਆ, ਕੁਝ ਹੌਸਲਾ ਰੱਖ। ਜਦ ਤਾਈਂ ਕਮਲਿਆ ਆਪਣੇ ਸਿਰ ਬਾਈ ਦੀ ਛੱਤਰ ਛਾਇਆ, ਉਹਨਾਂ ਚਿਰ ਆਪਾਂ ਨੂੰ ਕਾਹਦਾ ਫਿਕਰ ਹੈ। ਹੈ ਬੁੱਧਾ ਕਿੰਨਾ ਚਿਰ ਫਿਰ ਬੋਲੀ ਗਿਆ, ਪਰ ਭਗਤੇ ਦੇ ਚਿੱਤ 'ਚ ਮੁੜ ਮੁੜ ਉਹਦੇ ਆਖੇ ਤਿੰਨ ਸ਼ਬਦ ਬਾਈ ਦੀ ਛੱਤਰ ਛਾਇਆ ਗੂੰਜਦੇ ਰਹੇ। ਸਾਰੇ ਰੰਗ ਉਹਦੀਆਂ ਅੱਖਾਂ ਮੂਹਰੇ ਬਾਰ ਬਾਰ ਆ ਰਹੇ ਸਨ, ਪਰ ਕੋਈ ਰੰਗ ਨਿਖੜ ਕੇ ਪ੍ਰਤੱਖ ਉੱਗੜਵਾਂ ਨਹੀਂ ਸੀ ਦਿਸਦਾ। ਮੈਂ ਬਾਈ ਨਾਲ ਸਲਾਹ ਕਰਕੇ ਆਥਣੇ ਆਊਂ, ਤੂੰ ਹੁਣ ਉੱਠ ਕੇ ਨਹਾ ਧੋ ਲੈ, ਐਵੇਂ ਨਾ ਐਂ ਢੇਰੀ ਢਾਹ ਕੇ ਬੈਠ। ਸੁਣਿਆ, ਬੁੱਧੇ ਨੇ ਉਹਨੂੰ ਬਾਹੋਂ ਫੜ ਕੇ ਹਿਲਾਉਣਦਿਆਂ ਆਖਿਆ ਅਤੇ ਉੱਠ ਕੇ ਬੋਲਦਾ ਬੋਲਦਾ ਤੁਰ ਗਿਆ। ਕਰਤਾਰੀ ਮੰਜੇ 'ਚ ਪਈ ਚੂਕਦੀ ਰਹੀ ਹੈ। ਉਹਦੀ ਖਬਰ ਨੂੰ ਆਈਆਂ ਤੀਵੀਆਂ ਵਿੱਚੋਂ ਇੱਕ ਬਾਗੜੀ ਬਣਿਆਣੀ ਧਾਪਾਂ ਭਗਤੇ ਕੋਲ ਆ ਕੇ ਬਹਿ ਗਈ ਅਤੇ ਉਹਨੂੰ ਨਿਆਣਿਆਂ ਵਾਂਗ ਸਮਝੌਤਾਂ ਦੇਣ ਲੱਗ ਪਈ। ਭਗਤੇ ਨੂੰ ਇੱਕਦਮ ਗੁੱਸਾ ਆਇਆ ਅਤੇ ਉੱਠ ਕੇ ਚੁਬਾਰੇ 'ਤੇ ਜਾ ਚੜਿਆ। ਧਾਪਾਂ, ਹਾਏ ਰੇ, ਯਾ ਤੋ ਕਿਸੀ ਭੜੂਏ ਕੀ ਸੁਣੇਗੀ ਕੋਨੀ, ਕਹਿ ਕੇ ਉੱਠ ਖੜੋਤੀ। ਭਗਤਾ ਸਾਰਾ ਦਿਨ ਚੁਬਾਰੇ 'ਚ ਪਿਆ ਰਿਹਾ। ਕਰਤਾਰੀ ਦਰਵਾਜ਼ੇ 'ਚ ਪਈ ਕਰਾਉਂਦੀ ਰਹੀ। ਧਾਪਾਂ ਨੇ ਕੱਚੀਆਂ ਪਿੱਲੀਆਂ ਰੋਟੀਆਂ ਪਕਾ ਕੇ ਭਗਤੇ ਨੂੰ ਚੁਬਾਰੇ 'ਚ ਕਾਲੇ ਦੇ ਹੱਥ ਭੇਜਤੀਆਂ, ਪਰ ਜਦੋਂ ਅਚਾਰ ਦੀ ਫਾੜੀ 'ਚ ਤੇਲ ਨਾਲ ਗੱਚ ਹੋਏ ਮਸਾਲੇ 'ਚ ਕੱਚਾ ਕੱਚਾ ਮੁਸ਼ਕ ਆਇਆ ਤਾਂ ਉਹਨੇ ਥਾਲੀ ਪਾਸੇ ਰੱਖਤੀ। ਆਥਣੇ ਜਦੋਂ ਬੁੱਧਾ ਫੇਰ ਭਗਤੇ ਕੋਲ ਆਇਆ ਤਾਂ ਅੱਖਾਂ ਮਿੱਟੀ ਪਿਆ ਸੀ ਅਤੇ ਗੰਨੀਆਂ ਸੁੱਜੀਆਂ ਪਈਆਂ ਸਨ। ਬੁੱਧਾ ਸਾਹਮਣੇ ਤਾਕੀ ਦੀ ਥੜੀ 'ਤੇ ਬਹਿ ਗਿਆ ਅਤੇ ਬਿੰਦ ਕੁ ਉਹਦੇ ਮੁਰਝਾਏ ਚਿਹਰੇ ਵੱਲ ਝਾਕਦਾ ਰਿਹਾ, ਪਰ ਬੋਲਿਆ ਕੁਛ ਨਾ। ਫਿਰ ਉਹਨੇ ਮਾੜਾ ਜਿਹਾ ਖੰਘੂਰਾ ਮਾਰਿਆ। ਭਗਤੇ ਨੇ ਅੱਖਾਂ ਪੁੱਟ ਕੇ ਉਸ ਵੱਲ ਦੇਖਿਆ। ਬੁੱਧੇ, ਉਵੇਂ ਐਲ ਪਿਆ, ਮੱਥੇ 'ਤੇ ਧਰੀ ਬਾਂਹ ਡੋਲ ਰੱਖਦਿਆਂ ਭਗਤੇ ਨੇ ਇਉਂ ਆਖਿਆ ਜਿਵੇਂ ਮੰਜਾ ਹੀ ਬੋਲਿਆ ਹੋਵੇ। ਉਹ ਆਪ ਨਹੀਂ, ਇੱਕ ਵਾਰੀ ਤਾਂ ਉਹਨੂੰ ਇਉਂ ਬੋਲਦਿਆਂ ਸੁਣ ਕੇ ਬੁੱਧਾ ਮੁਸਕਰਾਇਆ, ਫਿਰ ਉਹਦੀਆਂ ਵੀ ਅੱਖਾਂ ਭਰ ਆਈਆਂ। ਖਾਸਾ ਚਿਰ ਉਹ ਤੋਂ ਕੋਈ ਜਵਾਬ ਨਾ ਦਿੱਤਾ ਗਿਆ ਅਤੇ ਜਦੋਂ ਬੋਲਿਆ ਤਾਂ ਆਪਣਾ ਬੋਲ ਉਹਨੂੰ ਖਾਸਾ ਉੱਪਰਾ ਲੱਗਿਆ। ਬਾਈ ਨੇ ਆਖਿਆ, ਬੁੱਧੇ ਨੇ ਕਿਹਾ, ਕੱਲ੍ਹ ਤੋਂ ਮੈਂ ਤੇਰੇ ਨਾਲ ਕੰਮ ਕਰਨ ਆਊਂਗਾ। ਬਾਹਰਲੀ ਛੜਕ 'ਤੇ ਹੁਕਮੇ ਕਾ ਨਹੁਰਾ ਖਾਲੀ ਪਿਆ, ਹਾਲ ਕੁਛ ਚਿਰ ਕੰਮ ਉੱਥੇ ਕਰ ਲਾਂਗੇ। ਉਹਨੇ ਕਿਹਾ, ਮੈਂ ਕਿਰਾਇਆ ਕਰੂਆ ਨਹੀਂ ਲੈਂਦਾ, ਤੁਸੀਂ ਬਹਿ ਜਾਓ। ਬਾਈ ਕਹਿੰਦਾ, ਇੱਥੇ ਘਰ ਤਾਂ ਆਹੀ ਘੱਟੋ ਕਲੇਸ਼ ਰਿਹਾ ਕਰੂ, ਬਾਹਰ ਹੀ ਚੰਗਾ। ਭਗਤੇ ਨੇ ਡੋਰ ਭੌਰੀਆਂ ਅੱਖਾਂ ਨਾਲ ਬੁੱਧੇ ਵੱਲ ਇਉਂ ਵੇਖਿਆ ਜਿਵੇਂ ਗੱਲ ਸਮਝ ਨਾ ਆਈ ਹੋਵੇ, ਪਰ ਫਿਰ ਜਦੋਂ ਬੁੱਧੇ ਦੀ ਆਖੀ ਸਾਰੀ ਗੱਲ ਉਹਨੇ ਉਹਦੇ ਮਨ 'ਚ ਕੁਝ ਸਾਫ਼ ਹੋਈ ਤਾਂ ਆਪਣਾ ਦਿਲ ਉਹਨੂੰ ਰਤਾ ਹੌਸਲੇ 'ਚ ਹੋਇਆ ਲੱਗਿਆ। ਚੰਗਾ, ਫਿਰ ਮੈਂ ਕੱਲ੍ਹ ਨੂੰ ਆਊਂ ਅਤੇ ਹੁਕਮੇ ਨਾਲ ਪੱਕੀ ਗੱਲਬਾਤ ਕਰਕੇ ਸੰਦ ਲੈ ਚੱਲਾਂਗੇ। ਬਿਸ਼ਨੇ ਦੀ ਕਹੀ ਸਾਰੀ ਗੱਲ ਹੋਰ ਵਿਸਥਾਰ ਨਾਲ ਸਮਝਾਉਣ ਮਗਰੋਂ ਬੁੱਧੇ ਨੇ ਤੁਰਨ ਲੱਗਿਆ ਆਖਿਆ, ਪਰ ਭਗਤਾ ਬਿਨਾਂ ਹੁੰਗਾਰੇ ਭਰਿਆ ਪਿਆ ਰਿਹਾ। ਅੰਗ ਵੀਵਾਂ ਅਗਲਾ ਸਿਆਲ ਚੜ੍ਹਿਆ ਬੀਤ ਗਿਆ। ਫੱਗਣ ਦਾ ਮਹੀਨਾ ਹੋਣ ਕਰਕੇ ਕੰਮ ਦਾ ਜ਼ੋਰ ਸੀ, ਪਰ ਬਿਸ਼ਨੇ ਕੋਲ ਅਜੇ ਤਾਈਂ ਕੋਈ ਬੂਜਲੀਆਂ ਲਵਾਉਣ ਵਾਲਾ ਗੱਡਾ ਵੀ ਨਹੀਂ ਸੀ ਆਇਆ। ਉਹਨਾਂ ਦੇ ਪਿੰਡ ਦੇ ਇੱਕ ਦੋ ਜੱਟ ਇਕਰਾਰ ਕਰਕੇ ਗਏ ਸੀ, ਪਰ ਅਜੇ ਤਾਈਂ ਬੋੜੇ ਉਹ ਵੀ ਨਹੀਂ ਸੀ। ਸਾਰੇ ਸਿਆਲ 'ਚ ਬਿਸ਼ਨੇ ਨੇ ਬਸ 5-7 ਚਰਖੇ ਬਣਾਏ ਅਤੇ ਉਹਨਾਂ ਵਿੱਚੋਂ ਵੀ ਅਜੇ ਇੱਕ ਵਿਕਣ ਵਾਲਾ ਪਿਆ ਸੀ। ਗੱਡੇ ਦੀਆਂ ਜੋੜੀਆਂ ਲਈ ਭਾਰੀ ਲੱਕੜ ਉਹਨੇ ਕੋਈ ਨਹੀਂ ਸੀ ਲਿਆਂਦੀ। ਇੱਕ ਦੋ ਵਾਰੀ ਜੀ ਕੀਤਾ, ਪਰ ਫਿਰ ਇਹ ਦੋਵੇਂ ਐਵੇਂ ਹੀ ਵਾਧੂ ਦੀ ਖੇਚਲ ਜਿਹੀ ਲੱਗੀ। ਜਦੋਂ ਰੋਟੀ ਪਾਣੀ ਜੋਗਾ ਕੰਮ ਤੁਰੀ ਜਾਂਦਾ ਸੀ ਤਾਂ ਹੋਰ ਵੱਧ ਕਾਹਦੀ ਲੋੜ ਸੀ, ਤਮਾਂ ਤਾਂ ਕਦੇ ਬੰਦੇ ਦੀ ਮੁੱਕਦੀ ਨਹੀਂ, ਬਿਸ਼ਨਾ ਸੋਚਦਾ। ਉੱਧਰ ਭਗਤੇ ਦਾ ਕੰਮ ਬਹੁਤ ਚੰਗਾ ਚੱਲ ਪਿਆ ਸੀ। ਜਦੋਂ ਵੀ ਬੁੱਧਾ ਆ ਕੇ ਬਿਸ਼ਨੇ ਨੂੰ ਦੱਸਦਾ, ਉਹਨੂੰ ਚਾਅ ਜਿਹਾ ਚੜ੍ਹ ਜਾਂਦਾ, ਉਹਦਾ ਜੀ ਕਰਦਾ ਭਗਤੇ ਦਾ ਕਾਰਖਾਨਾ ਵੇਖ ਕੇ ਆਵੇ। ਪਰ ਬੁੱਧਾ ਉਹਨੂੰ ਕਰਤਾਰੀ ਅਤੇ ਭਗਤੇ ਦੀਆਂ ਉਪਰੀਆਂ ਉਪਰੀਆਂ ਗੱਲਾਂ ਦੱਸਦਾ ਤਾਂ ਉਹਦਾ ਚਿੱਤ ਭੈੜਾ ਪੈ ਜਾਂਦਾ। ਜਿਉਂ ਜਿਉਂ ਭਗਤੇ ਦਾ ਕੰਮ ਵੱਧ ਰਿਹਾ ਸੀ, ਉਹਦੀਆਂ ਗੱਲਾਂ ਹੋਰ ਦੀਆਂ ਹੋਰ ਹੁੰਦੀਆਂ ਜਾਂਦੀਆਂ। ਬੁੱਧੇ ਦੇ ਦੱਸਣ ਮੁਜਬ ਕਦੇ ਬਿਸ਼ਨੇ ਨੂੰ ਇਉਂ ਲੱਗਦਾ ਜਿਵੇਂ ਕੀੜੀ ਦੇ ਖੰਭ ਉੱਗਣ ਲੱਗ ਪਏ ਹੋਣ। ਹੁਣ ਤਾਂ ਬਾਈ ਉਹ ਉੱਚੀਆਂ ਸਲਾਹਾਂ ਕਰਦਾ, ਇੱਕ ਦਿਨ ਬੁੱਧੇ ਨੇ ਹੱਸ ਕੇ ਆਖਿਆ, ਕਹਿੰਦਾ ਦਲੀਪ ਕਾਰੀਗਰ ਨਾਲ ਸਾਂਝੀ ਲੱਕੜ ਚੀਰਨ ਵਾਲੀ ਮਸ਼ੀਨ ਲਾਵਾਂਗੇ। ਵੇ ਉਹਨੂੰ ਸਮਝਾ ਦੀ, ਦਿਆਕੁਰ ਨੇ ਚੇਤਾਵਨੀ ਦਿੰਦਿਆਂ ਕਿਹਾ, ਉਹ ਦਲੀਪ ਖੱਤੀ ਹੈ ਅਤੇ ਖੱਤੀ ਖਚਰੇ ਹੁੰਦੇ ਆ, ਕਿਤੇ ਸੀਰ ਸੀਰ 'ਚ ਸਿਰ ਮੁੰਨ ਕੇ ਨਾ ਤੁਰਦਾ ਲੱਗੇ। ਭਗਤੇ ਦਾ ਕੰਮ ਚੰਗਾ ਚੱਲਣ ਕਰਕੇ ਕਰਤਾਰੀ ਹੁਣ ਰੰਗ ਬਿਰੰਗੇ ਦੇ ਬਾਣੇ ਪਾ ਪਾ ਨਿਕਲਦੀ। ਅੱਗੇ ਆਪ ਖੂਹ ਤੋਂ ਪਾਣੀ ਭਰਨ ਜਾਂਦੀ ਹੁੰਦੀ, ਹੁਣ ਮਹਿਰੀ
ਮਹਿਰਾ ਘਰ ਲਾ ਲਿਆ ਸੀ। ਆਥਣੇ ਬਾਹਰ ਜਾਂਦੀ ਨੂੰ ਜਦੋਂ ਦਿਆ ਕੁਰ ਵੇਖਦੀ ਤਾਂ ਕਰਤਾਰੀ ਨੇ ਨਿੱਤ ਬਦਲਵੇਂ ਰੰਗ ਦੀ ਚੁੰਨੀ ਲਈ ਹੁੰਦੀ। ਕਦੇ ਕਦੇ ਦਿਆ ਕੁਰ ਦਾ ਜੀ ਕਰਦਾ ਉਹਨੂੰ ਸੱਦ ਕੇ ਆਖੇ, ਬੀਬਿਆ ਐਂ ਪੈਰ ਨਹੀਂ ਛੱਡੀ ਦੇ ਹੁੰਦੇ। ਪਰ ਉਦੋਂ ਹੀ ਉਹਨੂੰ ਖਿਆਲ ਆਉਂਦਾ, ਉਹ ਸੋਚੂਗੀ ਚੰਦਰੀ ਜਠਾਣੀ ਸਾਨੂੰ ਅੱਡ ਹੋ ਕੇ ਰੋ ਰੱਜ ਖਾਂਦਿਆਂ ਨਹੀਂ ਵੇਖ ਸਕਦੀ। ਕਈ ਮਹੀਨੇ ਲੰਘ ਗਏ, ਕਰਤਾਰੀ ਨੇ ਹਾਥੇ 'ਚ ਆ ਕੇ ਪੈਰ ਨਹੀਂ ਸੀ ਪਾਇਆ। ਜਿਹਦੇ ਨਾਲ ਕੰਮ ਚੱਲ ਪਿਆ ਸੀ ਸਗੋਂ ਨਿਆਣਿਆਂ ਨੂੰ ਫੇਰ ਇੱਧਰ ਆਉਣੋਂ ਵਰਜਣ ਲੱਗ ਪਈ ਸੀ। ਪਰ ਉਹ ਚੋਰੀ ਛਿਪੇ ਦਿਆਕੁਰ ਦੇ ਮੂੰਹ ਕਰਕੇ ਆਉਣੋਂ ਨਹੀਂ ਸੀ ਹਟਦੇ। ਦਿਆਕੁਰ ਦਾ ਹੱਥ ਇੰਨਾ ਤੰਗ ਪਹਿਲਾਂ ਕਦੇ ਨਹੀਂ ਸੀ ਹੋਇਆ, ਤਾਂ ਵੀ ਉਹ ਉਹਨਾਂ ਲਈ ਖਾਣ ਨੂੰ ਕੁਛ ਨਾ ਕੁਛ ਬਣਾ ਕੇ ਰੱਖੀ ਰੱਖਦੀ। ਜਦੋਂ ਕਾਲਾ ਅਤੇ ਮਾਘੀ ਆ ਕੇ ਗੱਲਾਂ ਕਰਦੇ ਅਤੇ ਪੰਜੀਰੀ ਪਿੰਨੀਆਂ ਜਾਂ ਘਰੇ ਮਾਰਿਆ ਖੋਆ ਖਾ ਰਹੇ ਹੁੰਦੇ ਤਾਂ ਦਿਆਕੁਰ ਅੰਦਰੋਂ ਬਾਹਰੋਂ ਖਿੜ ਜਾਂਦੀ। ਜਦੋਂ ਚਲੇ ਜਾਂਦੇ ਵਿਹੜਾ ਉਹਨੂੰ ਸੁੰਨਾ ਸੁੰਨਾ ਲੱਗਣ ਲੱਗ ਪੈਂਦਾ। ਐਡੇ ਥੋੜ੍ਹੇ ਸਮੇਂ 'ਚ ਆਲਾ ਦੁਆਲਾ ਇਉਂ ਬਦਲ ਗਿਆ ਸੀ ਜਿਵੇਂ ਲੋਕਾਂ ਨੇ ਉਹਨਾਂ ਦੇ ਵਿਰੁੱਧ ਕੋਈ ਸਾਂਝੀ ਘਾੜਤ ਘੜੀ ਹੋਵੇ। ਕੋਈ ਬਣਿਆਣੀ ਅਤੇ ਹਟਵਾਣੀਆਂ ਵਾਹ ਲੱਗਦੀ ਉਹਨਾਂ ਦੇ ਘਰ ਨਹੀਂ ਸੀ ਆਉਂਦਾ। ਜਦੋਂ ਬਿਸ਼ਨਾ ਬਾਜ਼ਾਰੋਂ ਸੌਦਾ ਲੈਣ ਜਾਂਦਾ ਤਾਂ ਲੋਕ ਉਹਦੇ ਵੱਲ ਵੱਢ ਖਾਣਿਆਂ ਵਾਂਗ ਝਾਕਦੇ, ਪਰ ਜਦੋਂ ਕਿਸੇ ਵੱਲ ਸਿੱਧਾ ਝਾਕ ਪੈਂਦਾ ਤਾਂ ਅੱਗੋਂ ਅੱਖਾਂ ਨੀਵੀਆਂ ਪਾ ਕੇ ਉਹ ਸਾਂਗ ਜਿਹਾ ਬਣਾਉਣ ਲੱਗ ਪੈਂਦੇ ਜਿਵੇਂ ਉਹਨੂੰ ਵੇਖਿਆ ਹੀ ਨਹੀਂ ਹੁੰਦਾ। ਜਾਂ ਫਿਰ ਕਿਸੇ ਗੁਆਂਢੀ ਹਟਵਾਣੀਆਂ ਨਾਲ ਹੀ ਕਰਦੇ ਦੰਦੀਆਂ ਕੱਢਦੇ ਵਾਧੂ ਜੀਆਂ ਗੱਲਾਂ ਕਰਨ ਲੱਗ ਪੈਂਦੇ। ਲੋਕਾਂ ਖਾਸ ਕਰਕੇ ਹਟਵਾਣੀਆਂ ਦੀ ਇਹ ਹਾਲਤ ਵੇਖ ਕੇ ਬਿਸ਼ਨੇ ਨੂੰ ਕਦੇ ਕਦੇ ਉਹਨਾਂ ਉੱਤੇ ਤਰਸ ਵੀ ਆਉਂਦਾ, ਪਰ ਬਹੁਤਾ ਉਹਦਾ ਚਿੱਤ ਘਿਰਨਾ ਨਾਲ ਭਰ ਜਾਂਦਾ। ਇਸੇ ਕਰਕੇ ਉਹ ਕਈ ਕਈ ਦਿਨ ਬਾਜ਼ਾਰ ਨਹੀਂ ਸੀ ਜਾਂਦਾ। ਉਹਨਾਂ ਦੇ ਘਰ ਦੇ ਕਬਜ਼ੇ ਪਿੱਛੋਂ ਵੀ ਕੁਝ ਚਿਰ ਤਾਂ ਹੀ ਉਹਨੇ ਲੋਕ ਆਪਣੇ ਵੱਲ ਇਉਂ ਝਾਕਦਿਆਂ ਵੇਖੇ ਸਨ, ਪਰ ਹੁਣ ਜਦੋਂ ਦਾ ਉਹ ਜੇਲ੍ਹੋਂ ਆਇਆ ਸੀ ਇਹ ਹਾਲਤ ਵੱਧਦੀ ਗਈ ਸੀ ਅਤੇ ਇੰਨੀ ਵੱਧ ਗਈ ਸੀ ਕਿ ਕਈ ਵਾਰ ਉਹਦੇ ਲਈ ਅਸਹਿ ਹੋ ਜਾਂਦੀ। ਬੁੱਟਿਆ, ਇਹ ਬਾਣੀਆਂ ਦੀ ਸਾਰੀ ਕੌਮ ਹੀ ਇਹੋ ਜਿਹੀ ਹੈ ਵੀ ਆਪਣੀ ਮੰਡੀ ਦੇ ਬਾਣੀਏ ਦੀ ਇਹੋ ਜਿਹੀ ਹੈ, ਇੱਕ ਦਿਨ ਬਿਸ਼ਨੇ ਨੇ ਗੰਭੀਰਤਾ ਨਾਲ ਪੁੱਛਿਆ। ਬੂਟੇ ਨੇ ਆਪਣੇ ਸਿਰ 'ਤੇ ਹੱਥ ਫੇਰਿਆ ਅਤੇ ਸੂਤ ਹੋ ਕੇ ਬਹਿੰਦਿਆਂ ਠਰਮੇ ਨਾਲ ਕਿਹਾ, ਅਸਲ 'ਚ ਬਾਈ ਜੀ ਇਹ ਵਪਾਰ ਚੀਜ਼ ਹੀ ਐਸੀ ਹੈ, ਬੰਦੇ ਦਾ ਦੀਨ ਮਾਨ ਹੀ ਨਹੀਂ ਰਹਿੰਦਾ। ਜਿਹੜਾ ਵੀ ਵਪਾਰ 'ਚ ਪੈ ਗਿਆ ਉਹਦੇ 'ਚ ਅਸਲ ਇਨਸਾਨੀਅਤ ਨਹੀਂ ਰਹਿੰਦੀ, ਉਹ ਤਾਂ ਤੂੰ ਛੱਡ। ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਦੀ ਬੰਦਿਆਂ ਵਰਗੀ ਝਾਕਣੀ ਵੀ ਕਿਉਂ ਨਹੀਂ ਰਹਿੰਦੀ, ਜਦੋਂ ਉਹਨਾਂ ਦਾ ਬੰਦਿਆਂ ਵਾਲਾ ਕੰਮ ਹੀ ਨਹੀਂ। ਫਿਰ ਬਾਈ, ਵਪਾਰ ਬੰਦਿਆਂ ਵਾਲਾ ਕੰਮ ਨਹੀਂ? ਨਾ, ਢੋਲ ਵਾਂਗ ਸਿਰ ਹਿਲਾਉਂਦਿਆਂ ਜ਼ੋਰ ਦੇ ਕੇ ਬੂਟੇ ਨੇ ਆਖਿਆ, ਇਹ ਕੰਮ ਤਾਂ ਬਾਈ ਬਾਹਰਲੇ ਮੁਲਕਾਂ 'ਚ ਮਸ਼ੀਨਾਂ ਕਰਦੀਆਂ। ਤੁਸੀਂ ਬਾਜ਼ਾਰ ਜਾਓ, ਦੁਕਾਨ 'ਚ ਸਭ ਚੀਜ਼ਾਂ ਪਈਆਂ ਹੋਣਗੀਆਂ, ਸ਼ੀਸ਼ਿਆਂ ਦੀਆਂ ਅਲਮਾਰੀਆਂ 'ਚ ਸਜੀਆਂ, ਬਾਹਰ ਇੱਕ ਮਸ਼ੀਨ ਲੱਗੀ ਹੋਊ ਅਤੇ ਉਹਦੇ ਉੱਤੇ ਸਭ ਚੀਜ਼ਾਂ ਦੇ ਨਾਂ ਲਿਖੇ ਹੋਣਗੇ। ਜਿਹੜੀ ਚੀਜ਼ ਲਿਖੀ ਹੋ ਉਹਦੇ ਨਾਂ ਦੇ ਹੇਠਾਂ ਇੱਕ ਮੋਰੀ 'ਚ ਲਿਖੇ ਹੋਏ ਪੈਸੇ ਪਾਓ, ਬਟਨ ਦੱਬੋ, ਕੜਿੱਕ ਦੇਣੇ ਕਾਗਜ਼ਾਂ 'ਚ ਬੰਨੀ ਬਣਾਈ ਚੀਜ਼ ਤੁਹਾਡੇ ਕੋਲ ਆ ਜਾਓ। ਬੁੱਟਿਆ, ਤੂੰ ਐਡੇ ਐਡੇ ਗੱਪ ਕਿਉਂ ਮਾਰਦਾ? ਗੱਪ ਮਾਰੇ ਬਿਨਾਂ ਲੀਡਰ ਨਹੀਂ ਬਣੀਦਾ। ਬਿਸ਼ਨੇ ਨੇ ਗੱਲ ਹਾਸੇ 'ਚ ਪਾ ਲਈ। ਅਜਿਹੀਆਂ ਗੱਲਾਂ ਬੂਟੇ ਤੋਂ ਕਿੰਨੀ ਵਾਰੀ ਬਿਸ਼ਨਾ ਸੁਣ ਚੁੱਕਿਆ ਸੀ ਅਤੇ ਉਹਨੂੰ ਚੰਗੀਆਂ ਨਹੀਂ ਸੀ ਲੱਗਦੀਆਂ, ਸੁਆਦਲੇ ਗੱਪ ਹੀ ਜਾਪਦੇ ਸੀ ਅਤੇ ਬਿੰਦ ਝੱਟ ਤਾਂ ਉਹ ਸੁਣਦਾ ਰਹਿੰਦਾ ਪਰ ਫਿਰ ਗੰਭੀਰ ਤੋਂ ਗੰਭੀਰ ਗੱਲ ਨੂੰ ਹਾਸੇ ਪਾ ਲੈਂਦਾ। ਸਮਝ ਨਹੀਂ ਸੀ ਆਉਂਦੀ ਕਿ ਜੋ ਗੱਲ ਉਹ ਬੂਟੇ ਤੋਂ ਅਸਲ 'ਚ ਪੁੱਛਣਾ ਚਾਹੁੰਦਾ ਸੀ ਉਹਦਾ ਬੂਟੇ ਨੂੰ ਜਵਾਬ ਨਹੀਂ ਸੀ ਆਉਂਦਾ ਹੁੰਦਾ, ਅਤੇ ਜਾਂ ਉਹ ਆਪ ਹੀ ਸਮਝ ਨਹੀਂ ਸੀ ਸਕਦਾ। ਫਿਰ ਵੀ ਉਹਨੂੰ ਇੰਝ ਜਾਪਦਾ ਬੂਟਾ ਉਹਦੇ ਅੰਦਰਲੀ ਗੱਲ ਨਹੀਂ ਸੀ ਸਮਝ ਸਕਿਆ। ਕਦੇ ਕਦੇ ਤੋਂ ਬਿਸ਼ਨੇ ਨੂੰ ਉਂਝੀ ਸਿਧਰਾ ਜਿਹਾ ਲੱਗਣ ਲੱਗ ਪੈਂਦਾ, ਫਿਰ ਮੁੜ ਉਹਦੇ ਨਾਲ ਗੱਲ ਕਰਨ ਨੂੰ ਕਈ ਕਈ ਦਿਨ ਜੀ ਨਾ ਕਰਦਾ। ਪਰ ਜਿੱਦਾਂ ਬੂਟਾ ਆਪਣਾ ਸਮਾਨ ਢੋ ਕੇ ਕੋਹਲੂ ਪੁੱਟਣ ਲੱਗਿਆ ਤਾਂ ਬਿਸ਼ਨੇ ਦਾ ਚਿੱਤ ਖੁੱਸਣ ਲੱਗ ਪਿਆ। ਜਿਹੜਾ ਮੁਕੱਦਮਾ ਤੋਤੀ ਫੂਲ ਵਾਲੇ ਨੇ ਬਿਸ਼ਨੇ ਉੱਤੇ ਹਾਤਾ ਜਬਰਨ ਦੱਬ ਲੈਣ ਵਿਰੁੱਧ ਉਹਨਾਂ ਦੇ ਕੈਦੋਂ ਛੁੱਟ ਕੇ ਆਉਣ ਪਿੱਛੋਂ ਕੀਤਾ ਸੀ, ਉਹਦਾ ਛੇਤੀ ਫੈਸਲਾ ਹੋ ਜਾਣਾ ਸੀ ਸ਼ਾਇਦ ਅਗਲੀ ਪੇਸ਼ੀ ਉੱਤੇ। ਬੂਟੇ ਨੂੰ ਬਿਸ਼ਨੇ ਨੇ ਆਪ ਹੀ ਸਾਰੀ ਗੱਲ ਸਮਝਾ ਕੇ ਸਲਾਹ ਦਿੱਤੀ ਸੀ ਵੀ ਬਾਲ ਬੱਚੇਦਾਰ ਹੋਣ ਕਰਕੇ ਉਹ ਵਾਧੂ ਉਹਨਾਂ ਨਾਲ ਕਾਹਨੂੰ ਰੁਲਦਾ ਫਿਰੇ। ਅਸੀਂ ਤਾਂ ਹੁਣ ਸਣੇ ਸਰਕਾਰ ਅਤੇ ਇਹਨਾਂ ਸ਼ਾਹਾਂ ਸੇਠਾਂ ਨਾਲ ਸਿੰਘ ਫਸਾ ਕੇ ਵੇਖਣੇ ਹੈ, ਬਿਸ਼ਨੇ ਨੇ ਆਪਣੀ ਖਾਸ ਰੌਣ 'ਚ ਬੂਟੇ ਨੂੰ ਦੱਸਿਆ। ਜੇ ਉਹਨਾਂ ਦੇ ਤਕੜੇ ਹੋਣਗੇ ਸਾਡੇ ਤੋੜ ਦੇਣਗੇ, ਜੇ ਸਾਡੇ ਨਰੋਏ ਹੋਏ ਤਾਂ ਅਸੀਂ ਉਹਨਾਂ ਦੇ ਭੰਨ ਦੇਵਾਂਗੇ, ਹੁਣ ਤਾਂ ਕੇਰਾ ਪੰਜੀ ਦਾ ਭੌਣ ਵੇਖਣਾ। ਬੂਟਾ ਆਪ ਭਾਵੇਂ ਇੱਥੋਂ ਜਾ ਕੇ ਖੁਸ਼ ਨਹੀਂ ਸੀ, ਪਿਛਲਾ ਵਾਰਾ ਉਹਦੇ ਨਿਆਣੇ ਜਿਵੇਂ ਦਿਆਕੁਰ ਨੇ ਸੰਭਾਲੇ ਸੀ ਉਹ ਸਾਰੀ ਉਮਰ ਅਹਿਸਾਨ ਨਹੀਂ ਸੀ ਭੁੱਲ ਸਕਦਾ, ਪਰ ਮਜਬੂਰੀ ਅੱਗੇ ਉਹਦੀ ਕੀ ਪੇਸ਼ ਜਾਣੀ ਸੀ। ਉਹਨੇ ਆਪ ਸਾਰੀ ਗੱਲ ਦਾ ਤੋਤੀ ਦੇ ਵਕੀਲ ਤੋਂ ਪਤਾ ਕਰ ਲਿਆ ਵੀ ਮੁਕੱਦਮਾ ਬਿਸ਼ਨੇ ਦੇ ਵਿਰੁੱਧ ਹੋ ਚੁੱਕਿਆ ਸੀ, ਅਤੇ ਇਦੋਂ ਵੀ ਮਾੜੀ ਗੱਲ ਇਹ ਸੀ ਪਿਛਲੀ ਪੇਸ਼ੀ 'ਤੇ ਬਿਸ਼ਨਾ ਅਦਾਲਤੀ ਦੇ ਗੱਲ ਸਿਰਫ ਇੰਨੀ ਗੱਲ ਪਿੱਛੇ ਹੀ ਪੈ ਗਿਆ ਸੀ ਕਿ ਉਹ ਤੋਤੀ ਨੂੰ ਸੇਠ ਜੀ ਅਤੇ ਉਹਨੂੰ ਕਾਰੀਗਰ ਕਹਿ ਕੇ ਕਿਉਂ ਬੁਲਾਉਂਦਾ ਸੀ। ਅਦਾਲਤੀ ਨੇ ਉਹਦੀ ਇਸ ਗੱਲ ਨੂੰ ਇੱਕ ਤਰ੍ਹਾਂ ਹੱਥ ਕੇ ਅਦਾਲਤ ਹੀ ਸਮਝ ਕੇ ਜੇ ਮੁਕੱਦਮੇ 'ਚ ਮਾੜੀ ਮੋਟੀ ਜਾਨ ਵੀ ਹੁੰਦੀ ਤਾਂ ਵੀ ਉਹਦੇ ਵਿਰੁੱਧ ਹੀ ਕਰਨ ਦਾ ਯਤਨ ਕਰਨਾ ਸੀ। ਨਾਲੇ ਮੁੱਖ ਗੱਲ ਇਹ ਸੀ ਵੀ ਬਿਸ਼ਨੇ ਨੇ ਕੋਈ ਵਕੀਲ ਨਹੀਂ ਸੀ ਕੀਤਾ,
ਕਾਨੂੰਨੀ ਘੁੰਡੀਆਂ ਦਾ ਪਤਾ ਨਾ ਹੋਣ ਕਰਕੇ ਪਹਿਲੀ ਅਤੇ ਦੂਜੀ ਪੇਸ਼ੀ ਉੱਤੇ ਹੱਕ 'ਚ ਜਾਂਦੀ ਜਾਂਦੀ ਗੱਲ ਤੀਜੀ ਪੇਸ਼ੀ 'ਤੇ ਉਹਦੇ ਵਿਰੁੱਧ ਹੋ ਗਈ ਸੀ। ਫਿਰ ਉਹ ਕੁਝ ਹੋਇਆ ਜਿਹਦੀ ਆਸ ਸੀ। ਚੌਥੀ ਪੇਸ਼ੀ ਅਦਾਲਤ ਨੇ ਮੁਕੱਦਮਾ ਤੋਤੀ ਦੇ ਹੱਕ 'ਚ ਕਰਤਾ। ਫੈਸਲੇ ਪਿੱਛੋਂ ਕੁਰਕੀ ਦੇ ਕਾਗਜ਼ 'ਤੇ ਦੋ ਸਪਾਹੀਆਂ ਇੱਕ ਮੁਨਸ਼ੀ ਨੂੰ ਨਾਲ ਲੈ ਕੇ ਹਾਤੇ ਦਾ ਕਬਜ਼ਾ ਲੈਣ ਆ ਗਿਆ। ਉਦੋਂ ਬਿਸ਼ਨਾ ਆਪ ਘਰ ਨਹੀਂ ਸੀ ਅਤੇ ਦਿਆਕੁਰ ਦਾ ਚਿੱਤ ਕਈ ਦਿਨਾਂ ਤੋਂ ਢਿੱਲਾ ਸੀ। ਫਿਰ ਵੀ ਜਦ ਤੋਤੀ ਪੱਲੇਦਾਰਾਂ ਤੋਂ ਸਮਾਨ ਕਢਵਾ ਕੇ ਬਾਹਰ ਗਲੀ 'ਚ ਰੱਖਣ ਲੱਗ ਪਿਆ ਤਾਂ ਦਿਆਕੁਰ ਮੰਜੀ ਤੋਂ ਉੱਠ ਕੇ ਬਹਿ ਗਈ। ਪਹਿਲਾਂ ਉਹਨੇ ਸਪਾਹੀਆਂ ਸਣੇ ਸਾਰਿਆਂ ਨੂੰ ਗਾਲਾਂ ਦਿੱਤੀਆਂ, ਫਿਰ ਪੂਰੇ ਤਾਂ 'ਚ ਆ ਕੇ ਸਿਰ ਮਾਰਦਿਆਂ ਖੇਡਣ ਲੱਗ ਪਈ। ਤੋਤੀ ਉਹਦੇ ਕੋਲੋਂ ਡਰਦਾ ਅੰਦਰ ਨਹੀਂ ਸੀ ਵੜਦਾ, ਬਾਹਰ ਖੜੋਤਾ ਸੀ। ਬਿੰਦ ਕੁ ਪਿੱਛੋਂ ਇਹ ਵੇਖ ਲੈਂਦਾ ਵੀ ਅੰਦਰ ਅਜੇ ਕਿੰਨਾ ਹੋਰ ਸਮਾਨ ਰਹਿੰਦਾ ਸੀ। ਗਲੀ 'ਚ ਆਉਂਦੇ ਜਾਂਦੇ ਲੋਕ ਬਿੰਦ ਖੜੋ ਕੇ ਤਮਾਸ਼ਾ ਵੇਖਦੇ, ਫਿਰ ਸਧਾਰਨ ਜੀ ਗੱਲ ਸਮਝ ਕੇ ਤੁਰ ਜਾਂਦੇ। ਜਿਨ੍ਹਾਂ ਬਿਸ਼ਨੇ ਨੂੰ ਬਾਹਰਲੇ ਘਰ ਦਾ ਕਬਜ਼ਾ ਦਿੰਦਿਆਂ ਵੇਖਿਆ ਸੀ ਉਹਨਾਂ ਲਈ ਸੱਚੀ ਇਹ ਕੋਈ ਵੱਡੀ ਗੱਲ ਨਹੀਂ ਸੀ। ਦਿਨ ਦੇ ਛਪਾ ਨਾਲ ਜਦੋਂ ਸਾਰਾ ਸਮਾਨ ਬਾਹਰ ਕੱਢਿਆ ਗਿਆ, ਤੋਤੀ ਦੇ ਠੋਲੇ ਦੇ ਅਤੇ ਹੋਰ ਚੌਧਰੀਆਂ ਦੇ ਅਗਲੇ ਪਿਛਲੇ ਪੁਣ ਦੀ, ਦਿਆਕੁਰ ਨੂੰ ਜਦੋਂ ਇੱਕ ਸਿਪਾਹੀ ਨੇ ਨਿਮਕੀ ਨਾਲ ਜਾ ਕੇ ਆਖਿਆ, ਬੁੜੀਏ ਚੱਲ ਕੇ ਬਾਹਰ ਗਲੀ 'ਚ ਬਹਿ ਜਾ, ਤਾਂ ਉਹਨੇ ਏਡੀ ਉੱਚੀ ਕਿਲਕਾਰੀ ਮਾਰੀ ਕਿ ਸਿਪਾਹੀ ਤਰਹਿ ਗਿਆ। ਕੌਣ ਸਾਲਾ ਸਾਨੂੰ ਬਾਹਰ ਕੱਢੇ? ਉਹ ਚੀਕੀ, ਬਾਬੇ ਦਾ ਹੁਕਮ ਹੈ ਅਸੀਂ ਇੱਥੇ ਬੈਠਾਂਗੇ, ਤੂੰ ਕੌਣ ਹੁੰਦਾ ਅੰਦਰ ਪੈਰ ਧਰਨ ਵਾਲਾ? ਤੇਰੇ ਪੈਰ ਸੜ ਜਾਣਗੇ, ਤੂੰ ਬਲ ਜਾਏਗਾ, ਬਾਹਰ ਨਿਕਲ ਜਾ ਜੇ ਭਲਾ ਮਾਨਸਾ ਤਾਂ। ਸਿਪਾਹੀ ਨੇ ਤਿਉੜੀ ਵੱਟੀ ਪਰ ਤੋਤੀ ਛੇਤੀ ਦੇਣੇ ਉਹਨੂੰ ਸੈਨਤ ਮਾਰ ਕੇ ਪਰੇ ਲੈ ਗਿਆ। ਕੁਝ ਚਿਰ ਉਹ ਗੱਲਾਂ ਕਰਦੇ ਰਹੇ, ਫਿਰ ਦੋਏ ਸਿਪਾਹੀ ਸੇਠ ਅਤੇ ਉਹਨਾਂ ਦੇ ਨਾਲ ਦਾ ਬੰਦਾ ਹਾਤੇ ਦੇ ਛੱਪਰ ਕੋਲ ਮੰਜੀ 'ਤੇ ਬਹਿ ਗਏ। ਸੇਠ ਨੇ ਪੱਲੇਦਾਰਾਂ ਨੂੰ ਪੈਸੇ ਦੇ ਕੇ ਤੋਰਤਾ ਸੀ। ਦਿਨ ਛਿਪਣ ਕਰਕੇ ਹਨੇਰਾ ਵੱਧ ਗਿਆ ਸੀ। ਦਿਆਕੁਰ ਨੂੰ ਅੱਧਾ ਦਿਨ ਖੇਡਦਿਆਂ ਹੋ ਗਿਆ ਸੀ, ਹੁਣ ਉੱਕਾ ਨਿਡਾਲ ਹੋ ਕੇ ਨੀਵੀਂ ਪਾਈ ਬੈਠੀਆਂ ਰਗਾਂ ਨਾਲ ਮਰਨਾਊ ਆਵਾਜ਼ ਕੱਢਦੀ ਸੀ। ਕਦੇ ਕਦੇ ਉਹਦਾ ਸਿਰ ਮੰਜੀ ਦੀ ਦੌਣ ਨਾਲ ਜਾ ਲੱਗਦਾ, ਪਰ ਫਿਰ ਉਹ ਬੋਲਣ ਲੱਗ ਪੈਂਦੀ। ਤਕੜੇ ਹਨੇਰੇ ਹੋਏ, ਦੋਏ ਸਿਪਾਹੀ ਹੌਲੀ ਦੇਣੇ ਉੱਠੇ ਅਤੇ ਉਹਨਾਂ ਨੇ ਬੋਝ ਕੇ ਦਿਆਕੁਰ ਦੀ ਮੰਜੀ ਚੁੱਕ ਕੇ ਅਡੋਲ ਹੀ ਗਲੀ 'ਚ ਲਿਆ ਰੱਖੀ। ਦਿਆਕੁਰ ਪਹਿਲਾਂ ਹੀ ਗੱਠੜੀ ਵਾਂਗ ਇਕੱਠੀ ਹੋ ਕੇ ਇੱਕ ਪਾਸੇ ਨੂੰ ਮੰਜੀ ਦੀ ਬਾਹੀ 'ਤੇ ਉੱਲਰ ਕੇ ਬੇਸੁੱਧ ਜੀ ਹੋ ਚੁੱਕੀ ਸੀ। ਅੰਦਰ ਇੱਕ ਵਾਰ ਹੋਰ ਨਿਗਾਹ ਮਾਰ ਕੇ ਛੱਪਰ ਕੋਲ ਪਿਆ ਇੱਕ ਮੰਜਾ ਬਾਹਰ ਕਢਾ ਕੇ ਤੋਤੀ ਨੇ ਆਪਣੇ ਹੱਥੀਂ ਬੂਹੇ ਨੂੰ ਜੰਦਰਾ ਮਾਰਤਾ। ਨਾਲ ਦਾ ਬੰਦਾ ਬੈਟਰੀ ਦੇ ਚਾਨਣੇ ਕਾਗਜ਼ ਪੱਤਰ ਰੋਲਦਾ ਰਿਹਾ ਅਤੇ ਇਸ ਪਿੱਛੋਂ ਸਾਰੇ ਬਾਹਰਲੀ ਗਲੀ ਵੱਲ ਤੁਰ ਪਏ। ਕਿਉਂ ਬਈ ਹੌਲਦਾਰ, ਉਹ ਕਰ ਚੱਲੇ ਆਪਦੀ ਕਾਰਵਾਈ। ਦਸਾਂ ਕੁ ਗਜ਼ਾਂ ਦੀ ਵਿੱਥ 'ਤੇ ਅਜੇ ਉਹ ਗਏ ਸੀ ਜਦੋਂ ਚਾਨਚੱਕ ਬਿਸ਼ਨਾ ਅੱਗੋਂ ਆਉਂਦਾ ਮਿਲਿਆ। ਉਹਦੀ ਹਾਸੇ ਜਿਹੇ ਝਾਕੀ ਇਸ ਗੱਲ ਨੇ ਉਹਨਾਂ ਨੂੰ ਹੈਰਾਨ ਕਰਤਾ, ਇਸੇ ਲਈ ਉਹਨਾਂ 'ਚੋਂ ਕਿਸੇ ਦੇ ਮੂੰਹੋਂ ਬੋਲ ਨਾ ਨਿਕਲਿਆ। ਆਓ ਫਿਰ ਚਾਹ ਪਾਣੀ ਪੀ ਕੇ ਜਾਂਦੇ ਰਹੋ, ਨਾਲੇ ਮੇਰੀ ਕਾਰਵਾਈ ਵੀ ਵੇਖ ਜਿਓ। ਬਿਸ਼ਨੇ ਨੇ ਫਿਰ ਉਸੇ ਰੌਂ 'ਚ ਵਿਅੰਗ ਨਾਲ ਮੁਸਕਰਾਉਂਦਾ ਉਹਨਾਂ ਦੇ ਕੋਲੋਂ ਲੰਘ ਕੇ ਗਾਂਹ ਤੁਰ ਆਇਆ। ਉਹ ਚਾਰੇ ਜਣੇ ਥੋੜ੍ਹਾ ਹੋਰ ਅਗਾਂਹ ਜਾ ਕੇ ਖੜੋ ਗਏ। ਬਿਸ਼ਨੇ ਨੇ ਹਨੇਰੇ 'ਚ ਸੰਦਾਂ ਦੇ ਢੇਰ 'ਚੋਂ ਹਥੌੜਾ ਚੁੱਕਿਆ, ਇੱਕ ਉੱਚਾ ਜੈਕਾਰਾ ਗਜਾਉਂਦਿਆਂ ਜ਼ੋਰ ਨਾਲ ਜੰਦਰੇ 'ਤੇ ਮਾਰਿਆ। ਫਿਰ ਬੂਹਾ ਚੌੜ ਚਪੱਟ ਖੋਲ੍ਹਤਾ। ਤੋਤੀ, ਦੋਏ ਸਿਪਾਹੀ ਅਤੇ ਨਾਲ ਦਾ ਬੰਦਾ ਘੁਰ ਘੁਰ ਕਰਦੇ ਅਜੇ ਰੁਲਦੂ ਭਗਤ ਦੀ ਹਵੇਲੀ ਕੋਲ ਹੀ ਖਲੋਤੇ ਸੀ। ਬਿਸ਼ਨਾ ਉਹਨਾਂ ਵੱਲ ਵੇਖ ਕੇ ਪਹਿਲਾਂ ਹੱਸਿਆ, ਫਿਰ ਉੱਚੀ ਸਾਰੀ ਬੋਲ ਮਾਰਦਿਆਂ ਕਿਹਾ, ਆ ਜਾਓ, ਮੈਂ ਅੰਦਰ ਚੱਲ ਕੇ ਕਾੜਨੀ 'ਚੋਂ ਦੁੱਧ ਲਾਉਣਾ। ਉਹਦਾ ਬੋਲ ਸੁਣ ਕੇ ਬਿੰਦ ਕੁ ਹੋਰ ਤੋਤੀ ਸਿਪਾਹੀਆਂ ਅਤੇ ਮੁਨਸ਼ੀ ਨਾਲ ਖੈਬੜਦਾ ਰਿਹਾ, ਪਰ ਉਹ ਨਾ ਮੰਨੇ ਅਤੇ ਚੁੱਪ ਕਰਕੇ ਫਾਟਕ ਵੱਲ ਤੁਰ ਪਏ। ਇੱਧਰ ਆਉਂਦੇ ਲੋਕ ਵੀ ਬਿਸ਼ਨੇ ਨੂੰ ਸਮਾਨ ਅੰਦਰ ਸੁੱਟਦਿਆਂ ਵੇਖ ਕੇ ਪਾਸੇ ਵਾਲੀਆਂ ਗਲੀਆਂ ਵੱਲ ਮੁੜ ਰਹੇ ਸਨ। ਸਿੱਧਾ ਇਸ ਗਲੀ ਲੰਘਣ ਦਾ ਜਿਵੇਂ ਕਿਸੇ ਦਾ ਹੀਆ ਨਹੀਂ ਸੀ ਪੈਂਦਾ। ਭਗਤੇ ਦੇ ਘਰ ਦੇ ਵੀ ਸਾਰੇ ਬੂਹੇ ਬੰਦ ਸਨ। ਕਰਤਾਰੀ ਭਾਵੇਂ ਚੁਬਾਰੇ ਦੀ ਤਾਕੀ ਦੀ ਵਿਰਲ ਵਿੱਚੋਂ ਸਭ ਕੁਝ ਵੇਖਦੀ ਰਹੀ ਸੀ, ਪਰ ਨਿਆਣੇ ਉਹਨੇ ਅੰਦਰ ਤਾੜ ਛੱਡੇ ਸੀ ਜਿਵੇਂ ਡਾਕੂ ਆ ਪਏ ਹੋਣ। ਅੱਧੀ ਰਾਤ ਤਾਈਂ ਬਿਸ਼ਨਾ ਸ਼ਬਦ ਗਾਉਂਦਾ ਅਸਮਾਨ ਚੁੱਕ ਚੁੱਕ ਅੰਦਰ ਸੁੱਟੀ ਗਿਆ। ਦੂਜੇ ਪੈਰ ਫੂਲ ਵਾਲਿਆਂ ਦੀ ਹਵੇਲੀ ਦੇ ਪਿਛਲੇ ਪਾਸਿਓਂ ਚੰਦ ਦਾ ਚਾਨਣ ਵੀ ਹੋ ਪਿਆ ਸੀ। ਇਸ ਨਾਲ ਵਿਹੜੇ 'ਚ ਖਿਲ ਰਿਹਾ ਪਿਆ ਸਮਾਨ ਵੀ ਦਿਸਦਾ ਸੀ ਅਤੇ ਛੱਪਰ ਦੇ ਕਾਨੇ ਵੀ ਦਿਸਦੇ ਸੀ ਅਤੇ ਠੋਲੇ ਦਾ ਡਰਨਾ ਵੀ, ਜਿਹੜਾ ਸ਼ਾਇਦ ਉਹਨਾਂ ਨੂੰ ਸਮਾਨ 'ਚ ਸ਼ਾਮਲ ਨਹੀਂ ਸੀ ਜਾਪਿਆ। ਸਭ ਚੀਜ਼ ਵਸਤ ਅੰਦਰ ਢੋ ਕੇ ਬਿਸ਼ਨਾ ਮੰਜੀ 'ਤੇ ਗੁੱਛਾ ਮੁੱਛਾ ਹੋਈ ਪਈ ਦਿਆਕੁਰ ਕੋਲ ਆਇਆ। ਕੁਛ ਝੁੱਕ ਕੇ ਉਹਦੇ ਮੂੰਹ ਵੱਲ ਝਾਕਦਾ ਰਿਹਾ, ਫਿਰ ਮੁੱਛਾਂ 'ਚ ਹੀ ਮੁਸਕਰਾਉਂਦਿਆਂ ਹੱਥ ਜੋੜ ਕੇ ਬੋਲਿਆ, ਚਲੋ ਸਤਿਗੁਰੂ ਹੁਣ ਅੰਦਰ ਬਰਾਜੋ। ਪਰ ਦਿਆਕੁਰ ਨਾ ਹਿੱਲੀ ਨਾ ਬੋਲੀ। ਬਿਸ਼ਨੇ ਨੇ ਮੋਢਿਓਂ ਫੜ ਕੇ ਹਿਲਾਉਣਿਆ, ਪਰ ਜਦੋਂ ਫੇਰ ਵੀ ਨਾ ਹਿੱਲੀ ਤਾਂ ਉਹਨੇ ਖੱਬੀ ਬਾਂਹ ਉਹਦੀ ਧੌਣ ਹੇਠ ਪਾ ਕੇ ਸੱਜੀ ਖੁੱਚਾਂ 'ਚ ਪਾ ਲਈ ਅਤੇ ਨਿਆਣਿਆਂ ਵਾਂਗ ਚੁੱਕ ਕੇ ਅੰਦਰ ਲੈ ਆਇਆ। ਛੱਪਰੀ ਕੋਲ ਡਾਏ ਮੰਜੇ 'ਤੇ ਪਾਉਣ ਤੋਂ ਪਹਿਲਾਂ ਉਹਨੇ ਚੰਦ ਦੀ ਚਾਨਣੀ 'ਚ ਦਿਆਕੁਰ ਦੇ ਅੱਧੇ ਬੱਗੇ ਖਿਲਰੇ ਵਾਲਾਂ ਵਿੱਚੋਂ ਉਹਦਾ ਪੀਲਾ ਪਿਆ ਚਿਹਰਾ ਵੇਖਿਆ ਅਤੇ ਕਿੰਨਾ ਚਿਰ ਉਹਨੂੰ ਉਵੇਂ ਬਾਲਾਂ ਵਾਂਗ ਚੁੱਕੀ ਖੜੋਤਾ।
ਉਹਦੇ ਹਰੇਕ ਨਕਸ਼ ਨੂੰ ਨੀਝ ਨਾਲ ਵਹਿੰਦਾ ਰਿਹਾ, ਜਿਵੇਂ ਉਹਦੀਆਂ ਅੱਖਾਂ ਦਿਆਕੁਰ ਦੇ ਚਿਹਰੇ 'ਤੇ ਮੇਖਾਂ ਵਾਂਗ ਗੱਡੀਆਂ ਗਈਆਂ ਹੋਣ। ਫਿਰ ਚਾਨਚੱਕ ਉਹਦੇ ਅੰਦਰੋਂ ਇੱਕ ਵਾਲ ਜਿਹਾ ਉੱਠਿਆ ਅਤੇ ਦਿਆਕੁਰ ਦਾ ਸਿਰ ਤਾਂ ਉਗਾਸਿਆ ਪਰ ਨਾਲ ਹੀ ਉਹਦਾ ਆਪਣਾ ਸਿਰ ਹੇਠ ਨੂੰ ਝੁਕਿਆ। ਪਰ ਜਦੋਂ ਉਹਦੇ ਅਤੇ ਦਿਆਕੁਰ ਦੇ ਮੱਥੇ ਦਾ ਸਨ ਦੋ ਕੁ ਉਂਗਲਾਂ ਰਹਿ ਗਿਆ, ਬਿਸ਼ਨੇ ਨੇ ਇੱਕਦਮ ਉਹਨੂੰ ਮੰਜੇ 'ਤੇ ਇੰਝ ਪਾ ਤਾ ਜਿਵੇਂ ਉਹਦੀਆਂ ਹਥੇਲੀਆਂ ਨੂੰ ਪਿੰਡੇ ਦਾ ਸੇਕ ਲੱਗਿਆ ਹੋਵੇ। ਉਸ ਪਿੱਛੋਂ ਚੁੱਪ ਕਰਕੇ ਆਪਣੇ ਮੰਜੇ 'ਤੇ ਆ ਲੇਟਿਆ, ਹਿੱਲ ਪਿਆ ਰਿਹਾ। ਕਿੰਨੇ ਚਿਰ ਪਿੱਛੋਂ ਚਾਨਚੱਕ ਜਿਵੇਂ ਉਹਨੂੰ ਕੋਈ ਭੁੱਲੀ ਗੱਲ ਦਾ ਚੇਤਾ ਆ ਗਿਆ ਹੋਵੇ। ਉੱਠ ਕੇ ਚਾਰੇ ਪਾਸੇ ਨਿਗਾਹ ਮਾਰੀ ਵੱਡੇ ਮੰਜੇ ਵੱਲ ਜਿਸ 'ਤੇ ਲੇਫਤ ਲਾਈਆਂ ਪਈਆਂ ਸੀ, ਉੱਧਰੋਂ ਤੁਰ ਗਿਆ। ਕੱਪੜੇ ਫਰੋਲਦਿਆਂ ਉਹਨੇ ਇੱਕ ਰਜਾਈ ਚੱਕੀ ਅਤੇ ਦਿਆਕੁਰ 'ਤੇ ਪਾ ਤੀ। ਬਿੰਦ ਕੁ ਹੋਰ ਉੱਥੇ ਖੜੋਤਾ ਚਾਨਣੀ ਨਾਲ ਲਿਸ਼ਕਦੇ ਦਿਆਕੁਰ ਦੇ ਮੂੰਹ ਵੱਲ ਝਾਕਦਾ ਰਿਹਾ, ਫਿਰ ਮੁੜ ਆਪਣੇ ਮੰਜੇ 'ਤੇ ਆ ਪਿਆ। ਬੂਹਾ ਅੜਾਉਣਾ ਉਹਨੂੰ ਅਜੇ ਵੀ ਯਾਦ ਨਹੀਂ ਸੀ ਆਇਆ। ਧੰਨਵਾਦ।